वीडियो देखने वाले लिए बहुत इंटरेस्टिंग होने वाली है क्योंकि तुम पहली बार देख रहे हो कोई एंकर जेसीबी के बिच बढ़ के तुम रिव्यू करेगा। चलो आओ जी ने 5-7 मिनट जी मैंने बड़ा निपुण कर दिता जी मैं तुहानू गड्डी आप चला के माध्यम जरिए यह दसना चाहना कि जेडे अपने स्टूडेंट हैगे आ कार सीखना चाहते हैं तो वो साढ़े को संपर्क कर सकते हैं। बहुत सारे बेरोजगार लड़के है वो जेसीबी की ट्रेनिंग लैके किता मुखी प्रोग्राम दे विच ते अपना रोजगार जोड़ा वो कर सकते हैं। जी मैं थानू दसना चाहता कि बहुत ही जल्द असी कार जेसीबी इस तो अलावा एक बहुत ही डिमांडिंग जिहड़ा वो हैगा कोर्स ट्राला ट्रेनिंग दा असी बहुत जल्दी वो लैके आ रहे हैं कितने दूर जाने की थानू लोड़ नहीं इत्थे थानू पूरी सुविधा मिलेगी होस्टल की भी सुविधा जिहड़े ट्रेनर है वो बड़े वेल ट्रेन 15-15-20 साल का उन्होंने तजर्बा है विदेश का भी तजर्बा है तो वो इत्थे थानू सिखाएंगे। ਕੋਲੋਂ ਜਦ ਕੋਈ ਗੱਡੀ ਮਟਕ ਮਟਕ ਕੇ ਮਟਕ ਮਟਕ ਕੇ ਲੰਘਦੀ ਹੈ ਤਾਂ ਬੜੇ ਹੀ ਉਤਸ਼ਾਹ ਨਾਲ ਤੱਕਦੇ ਨੇ ਚਾਬੀ ਲਾ ਕੇ ਡਰਾਈਵਰ ਸੀਟ 'ਤੇ ਬੈਠ ਤਾਂ ਜਾਂਦੇ ਨੇ ਪਰ ਗੇਅਰ ਪਾਉਣ ਤੋਂ ਚੱਕਦੇ ਨੇ। ਜਿਨ੍ਹਾਂ ਲੋਕਾਂ ਲਈ ਡਰਾਈਵਿੰਗ ਕਾਰ ਚਲਾਉਣਾ ਇੱਕ ਸੁਪਨਾ ਬਣ ਗਿਆ ਹੈ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਹ ਨਵਾਂਸ਼ਹਿਰ ਦੇ ਗੜਸ਼ੰਕਰ ਰੋਡ 'ਤੇ ਸਥਿਤ ਪੰਜਾਬ ਡਰਾਈਵਿੰਗ ਸਕੂਲ ਤੋਂ ਇਹ ਗੁਣ ਸਿੱਖ ਕੇ ਇਹ ਸਿੱਖਿਆ ਸਿੱਖ ਕੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਨੇ। ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਡਰਾਈਵਿੰਗ ਸਿੱਖਣ ਦੀ ਗੱਲ ਕੀਤੀ ਹੈ ਚਾਬੀ ਦੀ ਗੱਲ ਕੀਤੀ ਹੈ ਅਤੇ ਹੌਸਲੇ ਦੀ ਗੱਲ ਕੀਤੀ ਹੈ ਕਿ ਡਰਾਈਵਰ ਸੀਟ 'ਤੇ ਬੈਠ ਤਾਂ ਜਾਂਦੇ ਲੇਕਿਨ ਗੇਅਰ ਪਾਉਣ ਦਾ ਹੌਸਲਾ ਨਹੀਂ ਹੁੰਦਾ। ਤੋ ਇਹਨਾਂ ਸਾਰੀਆਂ ਚੀਜ਼ਾਂ ਦੀ ਕੋਈ ਡਰ ਦੀ ਜ਼ਰੂਰਤ ਨਹੀਂ ਹੈ ਜੀ ਕੋਈ ਓਬਜੈਕਟਿਵ ਐਰਰ ਨਹੀਂ ਹੈ ਕੋਈ ਘਬਰਾਹਟ ਨਹੀਂ ਹੈ। नवें शहर च पंजाब ड्राइविंग स्कूल बहुत पॉपुलर है क्योंकि कहिंदे ने ये बड़े निवेकले ढंग नाल बड़ी कोऑपरेशन नाल बड़ी सनर्जी नाल बड़े ही उत्साह नाल बड़ी ही ऊर्जा नाल गड्डी सिखाउंदे ने। ये किवें गड्डी सिखाउंदे ने आओ आपां अंदर चल के इत्थों दे ओनर सुखविंदर सिंह उहनां तों पुछदे हां। आओ चलिए ਸੁਖਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ? ਠੀਕ ਹੈ ਜੀ। ਬੜੀ ਚਰਚਾ ਸੁਣੀ ਤੁਹਾਡੇ ਬਾਰੇ ਔਰ ਸਾਡੇ ਬਹੁਤ ਹੀ ਜਿਹੜੇ ਵਿਊਅਰਸ ਨੇ ਡਿਮਾਂਡ ਸੀ ਕਿ ਨਵੇਂ ਸ਼ਹਿਰ 'ਚ ਅਗਰ ਕੋਈ ਪਰਪੱਕ ਤਰੀਕੇ ਨਾਲ ਡਰਾਈਵਿੰਗ ਸਿਖਾਉਂਦਾ ਹੈ ਤਾਂ ਸਾਨੂੰ ਉਹਨਾਂ ਦੇ ਰੂਬਰੂ ਜ਼ਰੂਰ ਕਰੋ। ਹਾਂਜੀ ਜ਼ਰੂਰ ਜੀ ਤੁਹਾਡਾ ਸਵਾਗਤ ਹੈ ਜੀ। ਆਓ ਜੀ ਜੀ ਮੈਨੂੰ ਪਤਾ ਤੁਹਾਡੀ ਬੜੀ ਮਸ਼ਰੂਫੀਅਤ ਹੈ ਤੁਸੀਂ ਸੁਣਿਆ ਕਿ ਬੱਚੇ ਨੂੰ ਥਰੈਟੀਕਲ ਕਲਾਸਿਸ ਅਤੇ ਪ੍ਰੈਕਟੀਕਲ ਕਲਾਸਿਸ ਦੋਨੇ ਦਿੰਦੇ ਹੋ। ਹਾਂਜੀ ਅਤੇ ਜ਼ਰੂਰ ਇਹ ਸਾਨੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਮਝਾਓ ਕਿਉਂਕਿ ਮੇਰੇ ਸੁਣਨ 'ਚ ਆਇਆ ਕਹਿੰਦੇ ਨਵੇਕਲੇ ਤਰੀਕੇ ਨਾਲ ਸਿਖਾਉਂਦੇ ਨੇ ਥਰੈਟੀਕਲ ਵੀ ਦਿੰਦੇ ਨੇ ਇਹ ਨਵੇਕਲਾ ਤਰੀਕਾ ਕੀ ਹੋਇਆ? ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਅਸੀਂ ਡਰਾਈਵਿੰਗ 'ਤੇ ਹਰ ਕੋਈ ਸਿੱਖਦਾ ਹੀ ਹੈ ਜੀ ਫੋਰ ਸਕੂਲ ਵੀ ਹੈ ਅਤੇ ਉਹ ਵੀ ਸਾਰੇ ਵਧੀਆ ਸਿਖਾਉਂਦੇ ਨੇ ਸਾਡਾ ਇਹ ਹੈਗਾ ਕਿ ਅਸੀਂ ਨਾਲ ਦੇ ਨਾਲ ਥਰੈਟੀਕਲ ਪੋਰਸ਼ਨ ਜ਼ਰੂਰ ਕਰਾਉਂਦੇ ਹਾਂ ਅਤੇ ਬੰਦੇ ਨੂੰ ਔਨ ਰੋਡ ਗੱਡੀ ਤਾਂ ਸਿਖਾਉਣੀ ਹੈ ਉਹਦੇ ਨਾਲ ਵੀ ਨਾਲ ਉਹਨੂੰ ਟੈਕਨੀਕਲ ਜਾਣਕਾਰੀ ਜਾਣੀ ਕਿ ਮੇਨਟੇਨੈਂਸ। ਤੁਸੀਂ ਖੁਦ ਰਜਿਸਟਰਡ ਹੋ ਜੀ? ਹਾਂਜੀ ਸਾਡਾ ਜਿਹੜਾ ਸਕੂਲ ਹੈ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਾਇਦਾ ਰਜਿਸਟਰਡ ਹੈ ਅਤੇ ਜੇ ਤੁਹਾਡੇ ਕੋਲ ਕੋਈ ਸਿੱਖ ਕੇ ਜਿਹੜਾ ਲਾਇਸੈਂਸ ਲੈ ਲੈਂਦਾ ਜਾਂ ਕੋਰਸ ਪੂਰਾ ਕਰ ਲੈਂਦਾ ਤਾਂ ਸਰਟੀਫਿਕੇਟ ਵੀ ਦਿੰਦੇ? ਹਾਂਜੀ ਅਸੀਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸਰਟੀਫਿਕੇਟ ਦੇਈਦਾ। ਦਿਖਾ ਸਕਦੇ ਜੀ ਕੈਮਰੇ? ਹਾਂਜੀ ਜਦੋਂ ਸਾਡਾ ਸਟੂਡੈਂਟ ਜਿਹੜਾ ਆਇਆ ਉਹ ਬਕਾਇਦਾ ਆਪਣੀ ਟ੍ਰੇਨਿੰਗ ਕੰਪਲੀਟ ਕਰਦਾ ਅਸੀਂ ਉਹਨੂੰ ਸਰਟੀਫਿਕੇਟ ਵੀ ਦਿੰਦੇ ਹਾਂ ਜੋ ਕਿ ਸਾਡਾ ਇਹ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸਕੂਲ ਹੈ। ਸਰਟੀਫਿਕੇਟ ਤੋਂ ਪਹਿਲਾਂ ਕੋਈ ਆਬਜ਼ਰਵੇਸ਼ਨ ਵੀ ਕਰਦੇ ਆ ਜੀ? ਹਾਂਜੀ ਅਸੀਂ ਜਦੋਂ ਆਪਣੀ ਕੋਰਸ ਸਾਡਾ ਹੋ ਜਾਂਦਾ ਬਕਾਇਦਾ ਅਸੀਂ ਆਬਜ਼ਰਵੇਸ਼ਨ ਕਰਦੇ ਹਾਂ ਮਾਰਕਿੰਗ ਕਰਦੇ ਹਾਂ ਅਤੇ ਉਸ ਹਿਸਾਬ ਦੇ ਨਾਲ ਅਸੀਂ ਗ੍ਰੇਡਿੰਗ ਕਰਕੇ ਹੀ ਉਹਨੂੰ ਸਰਟੀਫਿਕੇਟ। ਅੱਛਾ ਮੈਨੂੰ ਇੱਥੇ ਸਟਿੱਕ ਵੀ ਨਜ਼ਰ ਆ ਰਹੀ ਹੈ। ਹਾਂਜੀ ਕਿਉਂਕਿ ਪੁਰਾਣੇ ਜ਼ਮਾਨੇ 'ਚ ਜਿੱਦਾਂ ਮੈਂ ਸਕੂਲ ਬੱਸ 'ਚ ਆਉਂਦਾ ਹੁੰਦਾ ਸੀ ਤਾਂ ਸਕੂਲ 'ਚ ਅਗਰ ਕਲੀਨਰ ਨੂੰ ਸਿਖਾਉਂਦੇ ਸੀ ਤਾਂ ਉਹਦੇ ਹੱਥ 'ਤੇ ਮਾਰ ਮਾਰ ਕੇ ਸਿਖਾਉਂਦੇ ਸੀ। ਨਹੀਂ ਉਹ ਤਰੀਕਾ ਨਹੀਂ ਹੈ ਜੀ। ਨਹੀਂ ਨਹੀਂ ਹੁਣ ਉਹ ਜ਼ਮਾਨਾ ਨਹੀਂ ਹੈਗਾ ਇਹ ਤਾਂ ਜਸਟ ਆਪਾਂ ਜਿਵੇਂ ਮੈਂ ਤੁਹਾਨੂੰ ਦਿਖਾਉਣਾ ਥਰੈਟੀਕਲ ਪੋਰਸ਼ਨ ਦੇ ਵਿੱਚ। ਹਾਂ ਇਹ ਚੀਜ਼ ਬੜੀ ਖਾਸ ਹੈ ਜੀ ਕਿਉਂਕਿ ਇੱਥੇ ਪ੍ਰੈਕਟੀਕਲ ਹੁੰਦਾ ਥਰੈਟੀਕਲ ਘੱਟ ਹੁੰਦਾ। ਥਰੈਟੀਕਲ ਕਿਵੇਂ ਸਿਖਾਉਂਦੇ ਹੋ ਇਹ ਜ਼ਰੂਰ ਸਮਝਾਓ। ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਅਸੀਂ ਰੋਡ ਸਾਈਨ ਜੀ ਰੋਡ ਸਾਈਨਾਂ ਬਾਰੇ ਆਪਾਂ ਪੂਰੀ ਜਾਣਕਾਰੀ ਦਿੰਦੇ ਹਾਂ ਸਟੂਡੈਂਟ ਨੂੰ ਬਕਾਇਦਾ ਐਕਸਪਲੇਨ ਕਰਾਉਂਦੇ ਹਰ ਤਰ੍ਹਾਂ ਦੇ ਰੋਡ ਸਾਈਨ ਅਤੇ ਇਸ ਤੋਂ ਇਲਾਵਾ ਦੂਜੀ ਜਾਣਕਾਰੀ ਜਿਵੇਂ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਮਾਰਸ਼ਲਿੰਗ ਕਰ ਰਿਹਾ ਜੀ ਅਤੇ ਇਸ਼ਾਰੇ ਸਮਝਾ
ਜਿਹੜਾ ਦੱਸ ਰਿਹਾ ਇਹ ਸਭ ਹਰੇਕ ਚੀਜ਼ ਆਪਾਂ ਸਟੂਡੈਂਟ ਨੂੰ ਦੱਸਦੇ ਹਾਂ। ਉਸ ਤੋਂ ਇਲਾਵਾ ਗੱਡੀ ਦੀ ਜਿਵੇਂ ਟੈਕਨੀਕਲ ਜਾਣਕਾਰੀ ਹੈ, ਜਿਵੇਂ ਆ ਡੈਸ਼ਬੋਰਡ ਦੇ ਉੱਤੇ ਅਲੱਗ ਅਲੱਗ ਜਿਹੜੇ ਕੰਟਰੋਲ ਇੰਸਟਰੂਮੈਂਟਸ ਹੈਗੇ ਆ, ਬੇਸਿਕਸ ਤੋਂ ਲੈ ਕੇ ਤੁਸੀਂ ਪੂਰੀ, ਹਾਂਜੀ ਅਸੀਂ ਬਿਲਕੁਲ ਬੇਸਿਕ ਤੋਂ ਲੈ ਕੇ ਉਹਨੂੰ ਆਪਾਂ ਪੂਰਾ ਕਰਦੇ ਹਾਂ। ਜਿਵੇਂ ਡੈਸ਼ਬੋਰਡ 'ਤੇ ਤੁਸੀਂ ਦੇਖ ਰਹੇ ਹੋ ਕਿ ਇੰਸਟਰੂਮੈਂਟ ਪੈਨਲ ਦੇ ਉੱਤੇ ਜੋ ਵੀ ਕੰਟਰੋਲਸ ਹੁੰਦੇ ਆ ਉਹ ਸਾਰੇ ਆਪਾਂ ਬਰੀਫ ਇੱਕ ਤਰੀਕੇ ਨਾਲ ਪਹਿਲੀ ਕਾਉਂਸਲਿੰਗ ਹੋ ਜਾਂਦੀ, ਮਾਈਂਡ ਪ੍ਰੇਅਰ ਕਰ ਦਿੰਦੇ ਹੋ ਕਿ ਜਿਵੇਂ ਬੈਠਣ ਤੋਂ ਪਹਿਲੇ, ਕਿਉਂਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਹੈ ਅਤੇ ਤੁਹਾਨੂੰ ਯੂਜ਼ ਕਰਨੀ ਵੀ ਆਉਣੀ ਚਾਹੀਦੀ ਟੈਕਨੋਲੋਜੀ। ਅੱਜ ਇੱਥੇ ਮੈਨੂੰ 6 ਗੇਅਰ ਵੀ ਨਜ਼ਰ ਆ ਰਹੇ ਨੇ, ਹਾਂਜੀ ਨੋਰਮਲੀ ਆਪਣੇ ਇੱਥੇ ਗੱਡੀਆਂ ਵਿੱਚ ਹੁੰਦੇ ਆ, ਨੋਰਮਲੀ ਅਲੱਗ ਅਲੱਗ ਆਹ ਪੈਟਰਨ ਜਿਹੜਾ ਇਹ ਜ਼ਿਆਦਾ 90% ਗੱਡੀਆਂ ਦੇ ਵਿੱਚ ਹੈ, ਅਤੇ ਇਸ ਤੋਂ ਇਲਾਵਾ ਦੂਜੇ ਹੋਰ ਪੈਟਰਨ ਵੀ ਹੈਗੇ ਆ, ਅਤੇ ਅਸੀਂ 3D ਦੇ ਵਿੱਚ ਇਹਨੂੰ ਆਪਾਂ ਐਕਸਪਲੇਨ ਕਰ ਦਈਦਾ ਕਿ ਸਟੂਡੈਂਟ ਜਿਹੜਾ ਕਿ ਉਸ ਤੋਂ ਇਲਾਵਾ ਕੋਈ ਹੋਰ ਗੱਡੀ 'ਤੇ ਜਾਂਦਾ ਅਤੇ ਉਹਨੂੰ ਹੈਜੀਟੇਸ਼ਨ ਨਾ ਹੋਵੇ, ਉਹਨੂੰ ਇਹ ਵੀ ਯੂਜ਼ ਆਟੋਮੈਟਿਕ ਵਾਲਾ। ਹਾਂਜੀ ਬਿਲਕੁਲ ਜੀ, ਆਟੋਮੈਟਿਕ ਦੀ ਵੀ ਅਸੀਂ ਪੂਰੀ ਜਾਣਕਾਰੀ ਦਿੰਦੇ ਹਾਂ, ਅਤੇ ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਆਟੋਮੈਟਿਕ ਕਾਰ ਦੀ ਟ੍ਰੇਨਿੰਗ ਵੀ ਸ਼ੁਰੂ ਕਰਦੇ ਹਾਂ। ਜਿੱਥੇ ਆਟੋਮੈਟਿਕ ਕਾਰ ਵੀ, ਬਿਲਕੁਲ ਆਟੋਮੈਟਿਕ ਕਾਰ ਵੀ ਆ ਰਹੀ ਹੈ। ਹਾਲਾਂਕਿ ਮੈਂ ਕਿਸੇ ਨੂੰ ਕੋਈ ਨਿੰਦਣਾ ਨਹੀਂ ਚਾਹੁੰਦਾ ਜਾਂ ਕੋਈ ਕਿਸੇ ਦੇ ਪ੍ਰਤੀ ਨੈਗੇਟਿਵ ਗੱਲ ਨਹੀਂ ਕਰਦਾ, ਲੇਕਿਨ ਇੱਥੇ ਤਾਂ ਇੱਥੇ ਜ਼ਿਆਦਾਤਰ ਮਰੂਤੀ ਕਾਰ ਜਿਹੜੀ ਟ੍ਰੇਨਿੰਗ ਦਿੰਦੇ ਨੇ ਉਹ ਕਹਿੰਦੇ ਨੇ ਸੇਫ ਹੈ। ਤੁਹਾਡੇ ਕੋਲ ਕਿਹੜੀ ਗੱਡੀ ਹੈ ਜੀ? ਸਾਡੇ ਕੋਲ ਮਰੂਤੀ ਰਿਟਸ ਹੈ ਜੀ। ਚਲੋ ਮੈਂ ਕਿਸੇ ਨੂੰ ਨਿੰਦਦਾ ਨਹੀਂ ਆ, ਪਰ ਅੱਜ ਨਵੀਂ ਟੈਕਨੋਲੋਜੀ ਦਾ ਜ਼ਮਾਨਾ ਹੈ, ਤੁਹਾਡੇ ਕੋਲ ਪਾਵਰ ਸਟੇਅਰਿੰਗ, ਪਾਵਰ ਬ੍ਰੇਕ ਇਹ ਸਭ ਚੀਜ਼ਾਂ ਹੋਣੀਆਂ ਚਾਹੀਦੀਆਂ, ਅਤੇ ਮੈਂ ਸਮਝਦਾ ਕਿ ਜੇ ਸਟੂਡੈਂਟ ਇਹਦੇ ਉੱਤੇ ਹੀ ਸਿੱਖਣ ਅਤੇ ਉਹ ਬੈਟਰੀ ਤੜਕ ਹੋ ਕੇ ਗੱਡੀ ਲੈਣੀ ਵੀ ਹੈ ਤਾਂ ਅੱਜ ਕੱਲ੍ਹ ਮਰੂਤੀ ਇਕੱਠਾ ਪਰਚੇਸ ਕਰਦੇ ਨੇ। 5 ਗੇਅਰ 5 ਸਪੀਡ ਗੇਅਰ ਹੀ ਅੱਜ ਕੱਲ੍ਹ ਯੂਜ਼ ਚੱਲ ਰਿਹਾ। ਇਹ ਜ਼ਰੂਰ ਸਮਝਾਓ ਜੀ ਰੋਡ ਟ੍ਰੈਫਿਕ ਸਾਇੰਸ ਬਾਰੇ। ਹਾਂਜੀ ਮੈਂ ਤੁਹਾਨੂੰ ਦੱਸਦਾ ਕਿ ਬੇਸਿਕਲੀ 3 ਤਰ੍ਹਾਂ ਦੇ ਰੋਡ ਸਾਇੰਸ ਹੁੰਦੇ ਨੇ, ਜਿਵੇਂ ਇਹ ਸਰਕਲ ਦੇ ਵਿੱਚ ਬਣੇ ਨੇ, ਮੈਂਡੇਟਰੀ ਹੁੰਦੇ, ਕਨਫਰਮਿੰਗ ਸਾਈਨ ਹੁੰਦੇ ਆ, ਜਿਨ੍ਹਾਂ ਦੀ ਜੇ ਕੋਈ ਉਲੰਘਣਾ ਕਰਦਾ ਤਾਂ ਓਫੈਂਸ ਹੋ ਜਾਂਦਾ, ਫਾਈਨ ਵੀ ਹੁੰਦਾ, ਅਤੇ ਬੜੇ ਜ਼ਰੂਰੀ ਆ। ਅਤੇ ਉਸੇ ਤਰ੍ਹਾਂ ਇੱਥੇ ਲੇਕਿਨ ਪੰਜਾਬੀ ਵਿੱਚ ਲਿਖਿਆ ਹੋਇਆ ਜੀ, ਇੱਧਰ ਮੈਨੂੰ ਜਿਹੜਾ ਰੋਡ ਲਾਈਟ ਸਿਗਨਲ ਰੂਲਸ ਇੱਥੇ ਨਜ਼ਰ ਆ ਰਹੇ ਨੇ ਇਹ ਇੰਗਲਿਸ਼ ਵਿੱਚ ਲਿਖਿਆ ਹੋਇਆ। ਹਾਂਜੀ ਨੋਰਮਲੀ ਹੁਣ ਜਿਹੜੇ CBSE ਤੋਂ ਪੜ੍ਹੇ ਉਹਨਾਂ ਨੂੰ ਪੰਜਾਬੀ ਵਿੱਚ ਦਿੱਕਤ ਆ ਜਾਂਦੀ ਆ, ਜਿਹੜੇ ਪੰਜਾਬ ਬੋਲਦੇ ਆ ਜੀ ਉਹਨਾਂ ਨੂੰ ਇੰਗਲਿਸ਼ ਵਿੱਚ ਦਿੱਕਤ ਆ ਜਾਂਦੀ। ਸਾਡੇ ਕੋਲ ਅਲੱਗ ਅਲੱਗ ਭਾਸ਼ਾ ਦੇ ਵਿੱਚ ਲਗਭਗ ਸਾਰੀਆਂ ਭਾਸ਼ਾ ਇੰਗਲਿਸ਼, ਪੰਜਾਬੀ ਅਤੇ ਹਿੰਦੀ ਦੇ ਵਿੱਚ ਹਰੇਕ ਭਾਸ਼ਾ ਦੇ ਵਿੱਚ ਰੋਡ ਸਾਈਨ ਦੇ ਚਾਰਟ ਅਵੇਲੇਬਲ ਆ। ਅੱਛਾ, ਅਤੇ ਜਿਸ ਵੀ ਭਾਸ਼ਾ ਦੇ ਵਿੱਚ ਸਟੂਡੈਂਟ ਕੰਫਰਟ ਮਹਿਸੂਸ ਕਰਦਾ ਅਤੇ ਅਸੀਂ ਉਹਦੇ ਵਿੱਚ ਉਹਨੂੰ ਐਕਸਪਲੇਨ ਕਰਾ ਦਿੰਦੇ ਹਾਂ। ਜੀ ਮੈਂ ਹੋਰ ਦੱਸ ਦਿੰਦਾ ਜੀ, ਕਹਿੰਦੇ ਸਾਇੰਸ ਨੂੰ ਇਹਨੇ ਪਰਪੱਕ ਤਰੀਕੇ ਨਾਲ ਸਰਦਾਰ ਜੀ ਐਕਸਪਲੇਨ ਕਰਦੇ ਕਿ ਘੋਲ ਕੇ ਪਿਲਾ ਦਿੰਦੇ ਨੇ, ਉਹ ਕੀ ਗੁੜ ਸੀ ਉਹ ਵੀ ਜ਼ਰੂਰ ਐਕਸਪਲੇਨ ਕਰੋ। ਬਸ ਉਹਦੇ ਵਿੱਚ ਇਹੀ ਹੈ ਜੀ ਕਿ ਮੈਂ ਇੱਕ ਇੱਕ ਸਾਇਨ ਨੂੰ ਬਰੀਫਲੀ ਐਕਸਪਲੇਨ ਕਰ ਦਿੰਦਾ ਹਾਂ, ਅਤੇ ਉਹਦੇ ਵਿੱਚ ਪ੍ਰੈਕਟੀਕਲੀ ਉਹ ਜਿਹੜਾ ਕਿੱਥੇ ਯੂਜਿਸ ਹੁੰਦੀ ਆ ਉਹਦੀ ਉਹ ਚੀਜ਼ ਆਪਾਂ ਮੈਨੂੰ ਨਜ਼ਰ ਆ ਰਹੀ ਖੜੀ ਚੜ੍ਹਾਈ। ਹਾਂਜੀ ਇਹਨੂੰ ਅਸੀਂ ਇੰਗਲਿਸ਼ ਦੇ ਵਿੱਚ ਅਪਹਿਲ ਬੋਲਦੇ ਹਾਂ, ਅਪਹਿਲ ਅਤੇ ਤਿੱਖੀ ਢਲਾਨ ਡਾਊਨ ਹਿਲ, ਅਤੇ ਨਾਲ ਦੀ ਨਾਲ ਇਹ ਆਪਾਂ ਦੱਸ ਦਈਦਾ ਵੀ ਟੈਕਨੀਕਲੀ ਕਾਰ ਦੇ ਵਿੱਚ ਅਪਹਿਲ ਦੇ ਵਿੱਚ ਅਸੀਂ ਕੀ ਕਰਨਾ ਹੈਗਾ, ਕਿਹੜੇ ਗੇਅਰ ਦੇ ਵਿੱਚ ਚੜ੍ਹਨਾ ਆ ਅਤੇ ਉਤਰਨਾ ਕਿਵੇਂ ਹੈਗਾ। ਐਲਈਡੀ ਵੀ ਨਜ਼ਰ ਆ ਰਹੀ ਹੈ, ਇਹਦੇ ਬਾਰੇ ਜ਼ਰੂਰ ਸਮਝਾਓ, ਵੀਡੀਓ ਕਲਾਸ ਕਰਦੇ ਹੋ, ਚਾਰਟ ਲੱਗੇ ਹੋਏ ਉਸੇ ਤਰ੍ਹਾਂ ਅੱਜ ਕੱਲ੍ਹ ਆਡੀਓ ਵੀਡੀਓ ਦਾ ਜ਼ਮਾਨਾ ਹੈ, ਅਤੇ ਅਸੀਂ ਐਲਈਡੀ ਦੇ ਵਿੱਚ ਅਲੱਗ ਅਲੱਗ ਵੀਡੀਓਜ਼ ਦੇ ਜ਼ਰੀਏ ਵਿਰਸਤਾ ਦੇ ਸਾਈਨ ਵੀ ਨਜ਼ਰ ਆ ਰਹੇ। ਹਾਂਜੀ ਅਲੱਗ ਅਲੱਗ ਜਿਹੜੇ ਰੂਟ ਸਾਈਨ ਹੈ ਜਾਂ ਹੋਰ ਟੈਕਨੀਕਲ ਜਾਣਕਾਰੀ ਹੈਗੀ ਆ ਉਹ ਅਸੀਂ ਆਡੀਓ ਵੀਡੀਓ ਦੇ ਜ਼ਰੀਏ ਵੀ ਸਟੂਡੈਂਟ ਨੂੰ ਦਿੰਦੇ ਹਾਂ। ਹਾਂਜੀ ਮੇਰੇ ਖਿਆਲ ਨੌਕ ਕਰ ਰਿਹਾ ਜੀ ਬਾਹਰ ਕੋਈ। ਹਾਂਜੀ ਸੂਰੀ ਸਾਹਿਬ ਮੈਨੂੰ ਲੱਗਦਾ ਕਿ ਮੇਰੇ ਸਟੂਡੈਂਟ ਆ ਗਏ ਆ, ਅਤੇ ਪੂਰੀ ਕਲਾਸ ਹੁੰਦੀ ਇੱਥੇ ਬੱਚੇ। ਹਾਂਜੀ ਬਕਾਇਦਾ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਐਤਵਾਰ ਵੀਕਐਂਡ ਦੇ ਉੱਤੇ ਕੋਈ ਵੀ ਬੰਦਾ ਆ ਕੇ, ਇਹ ਜ਼ਰੂਰੀ ਨਹੀਂ ਕਿ ਉਹ ਸਾਡੇ ਕੋਲ ਟ੍ਰੇਨਿੰਗ ਕਰਦਾ ਹੋਵੇ, ਕੋਈ ਵੀ ਬੰਦਾ ਆ ਕੇ ਕੋਈ ਵੀ ਆ ਕੇ ਰੋਡ ਸਾਈਨਾਂ ਅਤੇ ਟ੍ਰੈਫਿਕ ਰੂਲਾਂ ਦੀ ਕਲਾਸ ਫ੍ਰੀ ਆਫ ਕੋਸਟ ਕਰ ਸਕਦਾ। ਅਤੇ ਮੈਂ ਤੁਹਾਡੇ ਤੋਂ ਪਰਮਿਸ਼ਨ ਲਊਂਗਾ ਫਿਰ, ਕਿਉਂਕਿ ਜਿੰਨੇ ਵੀ ਤੁਹਾਡੇ ਟ੍ਰੇਨੀਆਂ ਜਾ ਰਹੇ ਨੇ, ਹਾਂਜੀ ਮੈਂ ਚਾਹੁੰਦਾ ਕੋਲ ਬਹਿ ਕੇ ਮੈਂ ਵੀ ਇੰਸਟਰਕਸ਼ਨ ਸੁਣਾਂ, ਸ਼ਾਇਦ ਮੇਰੀ ਨੌਲੇਜ ਵੀ ਵਧਦਾ ਹੋਵੇ। ਜ਼ਰੂਰ ਆਓ ਤੁਸੀਂ ਸਾਡੇ ਨਾਲ, ਸਟੂਡੈਂਟਸ ਨੂੰ ਵੀ ਵੈਲਕਮ ਕਰਦੇ ਹਾਂ ਜੀ, ਅਤੇ ਬੈਠ ਕੇ ਅਸੀਂ ਵੀ ਜਿਹੜੀ ਸਾਰੀ ਆ ਟ੍ਰੇਨਿੰਗ ਆ ਜੀ ਇਹਨਾਂ ਤੋਂ ਗ੍ਰਹਿਣ ਕਰਦੇ। ਬਿਲਕੁਲ ਤੁਹਾਡੇ ਤੱਕ ਪਹਿਲੇ ਦੱਸਦੇ ਨੌਲੇਜ ਪਹੁੰਚਾ ਰਹੇ ਹਾਂ, ਤੁਸੀਂ ਵੀ ਜ਼ਰੂਰ ਇਹ ਵੀਡੀਓ ਦੇਖੋ, ਵੀਡੀਓ ਨੂੰ ਸ਼ੇਅਰ ਵੀ ਕਰ ਦਿਓ, ਕਿਉਂਕਿ ਅੱਜ ਗੱਡੀ ਕਿਵੇਂ ਚਲਾਈ ਦੀ ਆ ਉਹਦੇ ਗੁਣ ਤਾਂ ਦੱਸਣਗੇ, ਨਾਲ ਨਾਲ ਟ੍ਰੈਫਿਕ ਸਾਇੰਸ ਬਾਰੇ ਦੱਸਣਗੇ, ਔਰ ਜਿਹੜੀ ਆ ਮੇਨਟੇਨੈਂਸ ਦੀ ਨੌਲੇਜ ਕਿਵੇਂ ਹੁੰਦੀ ਆ, ਗੱਡੀ ਨੂੰ ਮੇਨਟੇਨ ਕਿਵੇਂ ਰੱਖਣਾ ਉਹਦੀ ਵੀ ਨੌਲੇਜ ਸਾਨੂੰ ਪ੍ਰੋਵਾਈਡ ਕਰਨਗੇ। ਤਾਂ ਸਟੂਡੈਂਟਸ ਆ ਰਹੇ ਨੇ, ਆਪਾਂ ਅੰਦਰ ਬਹਿ ਕੇ ਕਲਾਸ ਦਾ ਨਜ਼ਾਰਾ ਲਵਾਂਗੇ। ਸਾਈਨ ਹੈਗੇ ਆ ਅਸੀਂ ਉਹਨਾਂ ਨੂੰ ਦੇਖ ਕੇ ਪਹਿਚਾਣ ਸਕਦੇ ਹਾਂ ਵੀ ਕਿਹੋ ਜਿਹੇ ਆ, ਉਹਦੇ ਵਿੱਚ ਲੈਂਗੁਏਜ ਜਿਹੜੀ ਉਹਦੇ ਨਾਲ ਜਿਹੜੀ ਹੈਗੀ ਉਹ ਕੋਈ ਵੀ ਹੋ ਸਕਦੀ ਆ। ਸੋ ਇਹਦਾ ਮਤਲਬ ਇਹ ਹੈ ਕਿ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਤੁਹਾਨੂੰ ਇਹ ਨਹੀਂ ਆ ਵੀ ਉੱਥੇ ਰੋਡ ਸਾਈਨ ਬਦਲ ਜਾਣਗੇ, ਰੋਡ ਸਾਈਨ ਸੇਮ ਹੀ ਰਹਿਣੇ ਆ, ਮੋਟੇ ਤੌਰ 'ਤੇ ਸਰਕਲ ਵਾਲੇ ਰੈਕਟੈਂਗਲ ਅਤੇ ਸਕੇਅਰ ਦੇ ਵਿੱਚ ਬਣੇ ਹੋਏ, ਜਿਹੜੇ ਕਿ ਸਰਕਲ ਦੇ ਵਿੱਚ ਕਨਫਰਮਿੰਗ ਸਾਈਨ ਆ, ਮਤਲਬ ਕਿ ਮੈਂਡੇਟਰੀ ਹੈ ਇਹ, ਇਹਨਾਂ ਨੂੰ ਮੰਨਣਾ ਜ਼ਰੂਰੀ ਹੈ। ਜੇ ਤੁਸੀਂ ਇਹਨੂੰ ਨਹੀਂ ਮੰਨਦੇ ਤਾਂ ਓਫੈਂਸ ਹੁੰਦਾ।
ਤੇ ਜਿਹੜੇ ਹੈਗੇ ਟ੍ਰਾਇੰਗਲ ਦੇ ਵਿੱਚ ਜਸਟ ਤੁਹਾਨੂੰ ਵਾਰਨਿੰਗ ਦੇ ਰਹੇ, ਚੇਤਾਵਨੀ ਦੇ ਰਹੇ ਆ, ਮੰਨਣਾ ਇਹਨਾਂ ਨੂੰ ਵੀ ਬੜਾ ਜ਼ਰੂਰੀ ਹੈ। ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਕਿ ਗਾਹਾਂ ਸਿਚੁਏਸ਼ਨ ਜਿਹੜੀ ਰੋਡ ਦੀ ਕਿਹੋ ਜਿਹੀ ਹੈ। ਸੋ ਆਹ ਜਿਹੜੇ ਹੈਗੇ ਆ ਬੋਕਸ ਵਾਲੇ ਜਸਟ ਇਨਫੋਰਮੇਸ਼ਨ 'ਚ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਕਿ ਰੋਡ 'ਤੇ ਅੱਗੇ ਕੀ ਹੋ ਆ ਰਿਹਾ, ਜਿਵੇਂ ਪੈਟਰੋਲ ਪੰਪ ਆ ਰਿਹਾ, ਕੋਈ ਰਿਫਰੈਸ਼ਮੈਂਟ ਆ ਰਹੀ ਹੈ, ਜਾਂ ਕੋਈ ਫਸਟ ਏਡ ਦਾ ਕੋਈ ਬੂਥ ਆ ਰਿਹਾ, ਵਟ ਐਵਰ। ਠੀਕ ਹੈ, ਸੋ ਰੋਡ ਸਾਈਡ ਜਿਹੜੇ ਆ ਉਹ ਬਹੁਤ ਜ਼ਰੂਰੀ। ਤੁਸੀਂ ਅੰਦਰ ਸਾਰੀ ਗੱਲਬਾਤ ਸੁਣ ਲਈ ਕਿ ਕਿਵੇਂ ਇਹਨਾਂ ਨੂੰ ਸਮਝਾਇਆ ਜਾਂਦਾ ਸਾਈਨ ਬੋਰਡਸ ਬਾਰੇ, ਲੇਕਿਨ ਬਾਹਰ ਇਹ ਗੱਡੀ ਨੂੰ ਮੇਨਟੇਨ ਕਿਵੇਂ ਕਰਨਾ, ਉਹਦੀ ਟੈਕਨੀਕਲ ਮੇਨਟੇਨਸ ਬਾਰੇ ਵੀ ਪੂਰੀ ਜਾਣਕਾਰੀ ਦੇ ਰਹੇ ਨੇ। ਆਪਾਂ ਕਰਨਾ ਤਾਂ ਥੋੜ੍ਹਾ ਡਿਸਟਰਬ ਹੈ, ਲੇਕਿਨ ਤੁਹਾਡੇ ਤੱਕ ਵੀ ਪੂਰੀ ਜਿਹੜੀ ਨੌਲੇਜ ਪਹੁੰਚਾਉਣੀ। ਸੁਖਵਿੰਦਰ ਜੀ, ਅਗਰ ਮੈਂ ਤੁਹਾਡਾ ਸਮਾਂ ਖਰਾਬ ਨਾ ਕਰ ਤਾਂ ਮੈਂ ਜ਼ਰੂਰ ਚਾਹੁੰਦਾ ਜਿਹੜੇ ਸਾਡੇ ਦਰਸ਼ਕ ਆ ਨਾਲ ਦੀ ਨਾਲ ਉਹ ਵੀ ਦੇਖਦੇ ਹੋ ਤੁਸੀਂ ਕੀ ਐਕਸਪਲੇਨ ਕਰ ਰਹੇ ਹੋ। ਹਾਂਜੀ ਹਾਂਜੀ, ਸੋ ਸੂਰੀ ਸਾਹਿਬ, ਅਸੀਂ ਅੱਜ ਗੱਡੀ ਦੀ ਪੂਰੀ ਟੈਕਨੀਕਲੀ ਜਾਣਕਾਰੀ ਦੇ ਰਹੇ ਹਾਂ, ਜਿਹਦੇ ਵਿੱਚ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਜਿੰਨੀ ਗੱਡੀ ਚਲਾਉਣੀ ਵਧੀਆ ਢੰਗ ਨਾਲ ਜ਼ਰੂਰੀ ਹੈ, ਉਹਦੀ ਰੱਖ ਰਖਾਓ ਮੇਨਟੇਨੈਂਸ ਵੀ ਬਹੁਤ ਜ਼ਰੂਰੀ ਆ। ਅਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਕਿ ਅਸੀਂ ਛੋਟੀ ਛੋਟੀ ਇਹਦੀ ਮੇਨਟੇਨੈਂਸ ਰੱਖ ਕੇ ਅਤੇ ਅਸੀਂ ਗੱਡੀ ਦੀ ਲਾਈਫ ਵਧੀਆ ਕਿ ਉਹ ਬ੍ਰੇਕ ਡਾਊਨ ਨਾ ਆਵੇ ਰਸਤੇ ਦੇ ਵਿੱਚ, ਅਤੇ ਮੈਂ ਤੁਹਾਨੂੰ ਦੱਸਦਾ ਜੀ। ਅਤੇ ਇਹਦੇ ਵਿੱਚ ਪਹਿਲਾ ਸਟੈਪ ਕੀ ਹੋ? ਪਹਿਲਾ ਸਟੈਪ ਤੁਸੀਂ ਇਹਨੂੰ ਬੋਨਟ ਕਹਿੰਦੇ ਜੀ, ਬੋਨਟ ਖੋਲ੍ਹ ਕੇ ਸਟੈਂਡ ਲਗਾਓ, ਇਹਦਾ ਉਹ ਜ਼ਰੂਰੀ ਆ ਕਿ ਉਸ ਤੋਂ ਬਾਅਦ ਮੇਨ ਚੀਜ਼ ਇਹਦੇ ਵਿੱਚ ਬੈਟਰੀ ਆ ਜੀ। ਦੇਖੋ ਬੈਟਰੀ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਟਰਮੀਨਲ ਹੈ, ਅਤੇ ਇੱਕ ਇਹਦੇ ਵਿੱਚ ਪਾਣੀ ਹੁੰਦਾ, ਪਾਣੀ ਪੂਰਾ ਹੋਣਾ ਚਾਹੀਦਾ ਅਤੇ ਇਹ ਰਸਟਡ ਨਹੀਂ ਹੋਣੇ ਚਾਹੀਦੇ। ਪਾਣੀ ਆਪਾਂ ਪੂਰਾ ਨਹੀਂ ਪਾਉਂਦੇ, ਉਹਦੀ ਬੈਟਰੀ ਦੀ ਲਾਈਫ ਜਿਹੜੀ ਆ ਉਹ ਘੱਟਦੀ ਜਾਏਗੀ ਜੀ। ਬੇਸਿਕਲੀ ਇਹਦੇ ਵਿੱਚ ਤੇਜ਼ਾਬ ਔਰ ਪਾਣੀ ਦਾ ਹੁੰਦਾ, ਪਰ ਅਸੀਂ ਇਹਦੇ ਵਿੱਚ ਆਪਣਾ ਡਿਸਟਿਲਡ ਵਾਟਰ ਜਿਹੜਾ ਉਹ ਯੂਜ਼ ਕਰੀਏ ਤਾਂ ਵਧੀਆ ਗੱਲ ਆ। ਡਿਸਟਿਲ ਵਾਟਰ ਮਿਲਦਾ ਕਿੱਥੋਂ ਜੀ? ਇਹ ਆਮ ਤੁਹਾਨੂੰ ਬੈਟਰੀ ਦੀਆਂ ਦੁਕਾਨਾਂ 'ਚ, ਜੇ ਨਹੀਂ ਹੈ ਤਾਂ ਤੁਸੀਂ ਘਰ ਵਾਲਾ RO ਵਾਲਾ ਪਾਣੀ ਵੀ ਉਹ ਯੂਜ਼ ਕਰ ਸਕਦੇ ਹੋ। ਹਾਂਜੀ, ਅਤੇ ਦੂਜਾ ਇਹਦੇ ਜਿਹੜੇ ਟਰਮੀਨਲ ਆ ਜੀ, ਇਹ ਸਾਫ਼ ਹੋਣੇ ਚਾਹੀਦੇ ਆ ਅਤੇ ਕੱਸੇ ਹੋਏ ਪ੍ਰੋਪਰ ਹੋਣੇ ਚਾਹੀਦੇ ਆ, ਜਿਹਦੇ ਨਾਲ ਕਿ ਇਹਦੀ ਚਾਰਜਿੰਗ ਬਿਲਕੁਲ ਕਰ ਸਕਦੇ। ਤੁਸੀਂ ਘਰ ਦੇ ਵਿੱਚ ਬੋਇਲਡ ਵਾਟਰ ਲੈ ਕੇ ਉਹਦੇ ਨਾਲ ਇਹਨੂੰ ਸਾਫ਼ ਕਰ ਸਕਦੇ ਹੋ, ਅਤੇ ਜਾਂ ਕੋਈ ਲੁਬਰੀਕੈਂਟ, ਉਸ ਤੋਂ ਬਾਅਦ ਕੋਈ ਹਲਕਾ ਫੁਲਕਾ ਲੁਬਰੀਕੈਂਟ ਜਿਵੇਂ ਇੰਜਨ ਆਇਲ ਵਗੈਰਾ ਦੇ ਦਿਓ, ਅਤੇ ਜਿਹਦੇ ਨਾਲ ਇਹਦੀ ਕਰੋਜ਼ਨ ਨਹੀਂ ਹੋਏਗੀ, ਜੰਗਾਲ ਜਾਂ ਫੰਗਸ ਵਗੈਰਾ ਉਹ ਨਹੀਂ ਹੋਏਗੀ। ਅੱਛਾ, ਇੱਕ ਨਾ ਟ੍ਰਬਲ ਮੈਨੂੰ ਬੜੀ ਜਾਂਦੀ ਕਿਉਂਕਿ ਮੈਂ ਘਰੋਂ ਹੀ ਗੱਡੀ ਸਿੱਖੀ ਹੋਈ ਆ, ਮੈਨੂੰ ਸਿਰਫ ਬੈਟਰੀ ਦਾ ਪਤਾ ਜਦੋਂ ਖਰਾਬ ਹੁੰਦੀ ਆ ਮਕੈਨਿਕ ਨੂੰ ਮੰਗਾ ਕੇ ਕਰੰਟ ਲਵਾ ਕੇ ਸਹੀ ਕਰਾਉਣਾ, ਜਾਂ ਇਹਦੇ ਵਿੱਚ ਜਿਹੜਾ ਵਾਈਪਰ ਦਾ ਪਾਣੀ ਪਾਉਣਾ, ਅਦਰਵਾਈਜ਼ ਕੋਈ ਮੈਨੂੰ ਨੌਲੇਜ ਨਹੀਂ ਹੈਗੀ ਟੈਕਨੀਕਲ। ਮੈਂ ਉਹੀ ਚਾਹੁੰਦਾ ਕਿ ਜਿਹੜੇ ਘਰ ਬਹਿ ਕੇ ਦੇਖ ਰਹੇ ਨੇ, ਕਿਉਂਕਿ ਆਪਾਂ ਘਰੋਂ ਕਈ ਵੇਲੇ ਗੱਡੀ ਸਿੱਖ ਤਾਂ ਲੈਂਦੇ ਲੇਕਿਨ ਟੈਕਨੀਕਲ ਨੌਲੇਜ ਤੋਂ ਜਿਹੜਾ ਕਿਤੇ ਨਾ ਕਿਤੇ ਕਿੱਲਤ ਰਹਿ ਜਾਂਦੀ ਆ, ਉਹ ਜ਼ਰੂਰ ਸਮਝਾਓ ਸਾਰੀਆਂ ਗੱਲਾਂ। ਇੱਕ ਇਹਦੇ ਵਿੱਚ ਇੰਜਨ ਆਇਲ ਹੁੰਦਾ ਜੀ, ਇੰਜਨ ਆਇਲ ਬਹੁਤ ਹੀ ਮਤਲਬ ਜਿਵੇਂ ਸਰੀਰ ਦੇ ਵਿੱਚ ਖੂਨ ਹੈ ਚੱਲਦਾ ਹੋਇਆ, ਉੱਦਾਂ ਹੀ ਗੱਡੀ ਦੇ ਵਿੱਚ ਇੰਜਨ ਆਇਲ, ਅਤੇ ਅਸੀਂ ਇਹਨੂੰ ਘਰੇ ਕਿੱਦਾਂ ਦੇ ਸਕਦੇ ਹਾਂ? ਅਕਸਰ ਇੰਜਨ ਆਇਲ ਜਿਹੜਾ ਤੁਸੀਂ ਉਦੋਂ ਦੇਖ ਸਕਦੇ ਹੋ ਜਦੋਂ ਗੱਡੀ ਅਸੀਂ ਨਹੀਂ ਸਟਾਰਟ ਕੀਤੀ ਹੋਈ ਸਵੇਰੇ, ਮਤਲਬ ਕਿ ਸਾਰੇ ਦਾ ਸਾਰਾ ਆਇਲ ਜਿਹੜਾ ਉਹਦਾ ਥੱਲੇ ਬੈਠ ਜਾਂਦਾ, ਸਟਾਰਟ ਨਹੀਂ ਕੀਤੀ, ਸਟਾਰਟ ਜਦੋਂ ਇੰਜਨ ਸਟਾਰਟ ਹੋ ਜਾਂਦਾ ਆ ਉਦੋਂ ਆਇਲ ਜਿਹੜਾ ਉਹ ਸਰਕਲ ਦੇ ਵਿੱਚ ਆ ਜਾਂਦਾ, ਉਦੋਂ ਕੋਈ ਬਹੁਤਾ ਤੁਹਾਨੂੰ ਉਹਦਾ ਲੈਵਲ ਦਾ ਨਹੀਂ ਪਤਾ ਲੱਗੇਗਾ, ਜਿਵੇਂ ਹੁਣੇ ਗੱਡੀ ਜਿਵੇਂ ਡਾਕਟਰ ਕਈ ਵੇਲੇ ਕਹਿੰਦੇ ਯੂਰਿਨ ਸਵੇਰ ਦਾ ਪਹਿਲਾਂ ਲੈ ਕੇ ਆਓ। ਹਾਂਜੀ ਹਾਂਜੀ ਬਿਲਕੁਲ ਜੀ। ਅਤੇ ਆਹ ਜਿਹੜੀ ਇੰਜਨ ਆਇਲ ਦੀ ਗੇਜ ਆ ਜੀ, ਇਸ ਨੂੰ ਤੁਸੀਂ ਇੱਦਾਂ ਕੱਢ ਕੇ ਇਹਦੇ ਵਿੱਚ ਲੈਵਲ ਦਿੱਤੇ ਹੋਏ ਆ ਮੈਕਸੀਮਮ ਔਰ ਮਿਨੀਮਮ, ਅਤੇ ਇਸ ਤਰ੍ਹਾਂ ਤੁਸੀਂ ਇੰਜਨ ਦਾ ਲੈਵਲ ਜਿਹੜਾ ਉਹ ਚੈੱਕ ਕਰ ਸਕਦੇ। ਜੇ ਇਹ ਤੁਹਾਨੂੰ ਘੱਟ ਲੱਗਦਾ ਆ, ਮੈਕਸੀਮਮ ਲੈਵਲ ਤੋਂ ਘੱਟ ਲੱਗਦਾ, ਅਤੇ ਤੁਸੀਂ ਇਹਨੂੰ ਇੱਥੇ ਫਿਲ ਕਰ ਸਕਦੇ ਹੋ। ਕਿਸੇ ਵੀ ਉਹਦੀ ਕੀ ਟੈਕਨੀਕ ਹੈ ਉਹ ਵੀ ਦੱਸੋ। ਉਹ ਤੁਸੀਂ ਜਿਹੜਾ ਵੀ ਰਿਕਮੈਂਡਡ ਆਇਲ ਹੈਗਾ ਜਿਹੜੀ ਤੁਹਾਡੀ ਗੱਡੀ ਦਾ, ਬਹੁਤ ਸਾਰੇ ਗ੍ਰੇਡ ਹੁੰਦੇ ਆ ਅਲੱਗ ਅਲੱਗ ਇੰਜਨ ਦੇ ਹਿਸਾਬ ਦੇ ਨਾਲ, ਤੁਸੀਂ ਜਿਹੜੀ ਵੀ ਗ੍ਰੇਡ ਦਾ ਇਹਨੂੰ ਰਿਕਮੈਂਡ ਕਰਦੇ ਹੋ ਉਹ ਤੁਸੀਂ ਥੋੜ੍ਹਾ ਥੋੜ੍ਹਾ ਇਹਦੇ ਵਿੱਚ ਫਿਲ ਕਰਦੇ ਜਾਓ, ਅਤੇ ਜਦੋਂ ਵਾਰ ਵਾਰ ਚੈੱਕ ਕਰਦੇ ਜਾਓ, ਜਦੋਂ ਇਹ ਮੈਕਸੀਮਮ ਲੈਵਲ ਤੱਕ ਆ ਜਾਏ ਅਤੇ ਉੱਥੋਂ ਤੱਕ ਤੁਸੀਂ ਪਾ ਲਓ, ਅਤੇ ਇਹਦੇ ਨਾਲ ਤੁਹਾਡੀ ਲਾਈਫ। ਦੂਜਾ ਇਹਦਾ ਦੂਜਾ ਟੈਸਟ ਜਿਹੜਾ ਹੈਗਾ ਕਿ ਇਹਦੇ ਵਿੱਚ ਚਿਕਨਾਹਟ ਪੂਰੀ ਚਾਹੀਦੀ ਹੈ, ਇੱਦਾਂ ਤੁਸੀਂ ਉਂਗਲੀ 'ਤੇ ਲਗਾ ਕੇ ਦੇਖੋ ਕਿ ਜ਼ਿਆਦਾ ਬਲੈਕ ਤਾਂ ਨਹੀਂ ਹੋ ਗਿਆ। ਜੇ ਇੰਜਨ ਆਇਲ ਬਹੁਤ ਬਲੈਕ ਆ ਅਤੇ ਉਸ ਨਾਲ ਤੁਹਾਡੀ ਇੰਜਨ ਦੀ ਲਾਈਫ ਜਿਹੜੀ ਆ ਉਹ ਵੀ ਘੱਟ ਵੀਕ ਹੋ ਜਾਏਗੀ, ਘੱਟ ਜਾਏਗੀ। ਠੀਕ ਹੈ, ਟਾਈਮ ਟੂ ਟਾਈਮ ਜੋ ਇਹਦਾ ਸਰਵਿਸ ਮੈਨੂਅਲ ਹੈਗਾ, ਜਿਵੇਂ 5000 ਕਿਲੋਮੀਟਰ 'ਤੇ ਤੁਸੀਂ ਜਿੰਨਾ ਵੀ ਰਿਕਮੈਂਡ ਕੀਤਾ ਹੋਇਆ ਇਹਨੂੰ ਚੇਂਜ ਕਰਵਾਓ। ਬਾਕੀ ਮੇਜਰ ਪਾਰਟ ਜ਼ਰੂਰ ਸਮਝਾਓ ਜੀ। ਹਾਂਜੀ, ਇਸ ਤਰ੍ਹਾਂ ਇਹ ਇੰਜਨ ਆਇਲ ਹੈ ਜੀ। ਦੂਜਾ ਇਹਦੇ ਵਿੱਚ ਪਾਣੀ, ਅਤੇ ਇੰਜਨ ਨੂੰ ਠੰਡਾ ਰੱਖਣ ਦੇ ਲਈ ਪਾਣੀ ਬਹੁਤ ਜ਼ਰੂਰੀ ਹੈ। ਪਾਣੀ ਇਸ ਦੇ ਵਿੱਚ ਇਹ ਦਿੱਤਾ ਹੋਇਆ ਜੀ। ਪਾਣੀ ਦੇ ਨਾਲ ਨਾਲ ਇਹਦੇ ਵਿੱਚ ਇੰਜਨ ਕੂਲੈਂਟ ਲਿਖਿਆ। ਹਾਂਜੀ ਕੂਲੈਂਟ, ਹਾਂਜੀ ਇਹ ਤੁਹਾਡਾ ਬਹੁਤ ਵਧੀਆ ਇਹ ਸਵਾਲ ਹੈ ਕਿ ਅਸੀਂ ਇਹਦੇ ਵਿੱਚ ਕੂਲੈਂਟ, ਕੂਲੈਂਟ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਏਜੰਟ ਹੁੰਦੇ ਕਿ ਇੱਕ ਐਂਟੀ ਫਰੀਜ ਉਹ ਠੰਡਾ ਰੱਖਦਾ ਅਤੇ
ਗੱਡੀ ਦੇ ਜਿਹੜੇ ਇੰਜਨ ਦੇ ਇੰਟਰਨਲ ਪਾਰਟ ਉਹਨੂੰ ਜੰਗਾੜ ਨਹੀਂ ਲੱਗਣ ਦਿੰਦਾ ਅਤੇ ਜੇ ਅਸੀਂ ਨੋਰਮਲ ਪਾਣੀ ਪਾਉਂਦੇ ਹਾਂ ਉਹਦੇ ਵਿੱਚ ਇਹੋ ਜਿਹੀ ਬਹੁਤ ਇੰਪਿਊਰਿਟੀਜ਼ ਹੁੰਦੀਆਂ ਜਿਹੜੇ ਕਿ ਇੰਜਨ ਨੂੰ ਖਰਾਬੀ ਕਰਦੀਆਂ ਜਿਵੇਂ ਜੰਗਾਲ ਅੰਦਰੋਂ ਕਰਦੀਆਂ ਅਤੇ ਇਸ ਕਰਕੇ ਅਸੀਂ ਇਹਦੇ ਵਿੱਚ ਕੂਲੈਂਟ ਰਿਕਮੈਂਡਡ ਜਿਹੜਾ ਦਿੱਤਾ ਹੋਇਆ ਉਹਦੀ ਇੱਕ ਉਹ ਆਮ ਦੁਕਾਨਾਂ ਤੋਂ ਸਪੇਅਰ ਪਾਰਟ ਦੀਆਂ ਤੋਂ ਮਿਲ ਜਾਂਦਾ ਆ ਅਤੇ ਉਹਦੀ ਇੱਕ ਰੇਸ਼ੋ ਆ ਉਹ ਉੱਥੇ ਲਿਖਿਆ ਹੁੰਦਾ ਵੀ 2 ਲੀਟਰ ਕੂਲੈਂਟ ਪਏਗਾ ਬਾਕੀ ਉਹਦੇ ਵਿੱਚ ਪਾਣੀ ਪਏਗਾ ਅਤੇ ਮਿਕਸਚਰ ਕਰ ਪਰ ਫੋਰ ਦਾ ਸੇਫਟੀ ਜਦੋਂ ਤੁਸੀਂ ਕਿਤੇ ਰਾਹ ਬਾਟੇ ਕੋਈ ਦਿੱਕਤ ਓਵਰਹੀਟਿੰਗ ਹੋ ਜਾਂਦੀ ਆ ਅਤੇ ਤੁਸੀਂ ਉੱਥੇ ਕੂਲੈਂਟ ਨਹੀਂ ਅਵੇਲੇਬਲ ਅਤੇ ਪਾਣੀ ਜਿਹੜਾ ਵੀ ਪਾਣੀ ਮਤਲਬ ਉਸ ਵੇਲੇ ਇਹ ਹੁੰਦਾ ਕਿ ਇਹਨੂੰ ਬਚਾਉਣਾ ਜ਼ਰੂਰੀ ਹੈ ਠੰਡਾ ਕਰਨਾ ਜ਼ਰੂਰੀ ਹੈ ਅਤੇ ਤੁਸੀਂ ਕੋਈ ਵੀ ਜਾਂ ਮਿਨਰਲ ਵਾਟਰ ਵਗੈਰਾ ਇੱਥੇ ਯੂਜ ਕਰ ਸਕਦੇ ਹੋ ਤੋ ਇਸੇ ਤਰ੍ਹਾਂ ਕੁਛ ਹੋਰ ਬਹੁਤ ਜ਼ਰੂਰੀ ਨੇ ਇਹ ਏਅਰ ਫਿਲਟਰ ਹੈ ਜੀ ਜਿਵੇਂ ਇਨਸਾਨ ਸਾਹ ਲੈਂਦਾ ਉੱਦਾਂ ਹੀ ਗੱਡੀ ਵੀ ਲੈਂਦੀ ਏਅਰ ਫਿਲਟਰ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਅਤੇ ਟਾਈਮ ਟੂ ਟਾਈਮ ਇਹਨੂੰ ਸਾਫ਼ ਕਰਵਾਉਂਦੇ ਰਹੋ ਏਅਰ ਦੇ ਨਾਲ ਸਾਫ਼ ਕਰਵਾਓ ਅਤੇ ਉਹਦੇ ਨਾਲ ਤੁਹਾਡੀ ਗੱਡੀ ਦੀ ਪਰਫੋਰਮੈਂਸ ਜਿੰਨੇ ਤੁਹਾਡੇ ਸਟੂਡੈਂਟਾਂ ਨੂੰ ਸਾਰੀ ਟੈਕਨੀਕਲ ਨੌਲੇਜ ਦੇ ਦਿੰਦੇ ਹੋ ਕਿ ਗੱਡੀ ਦੀ ਲਾਈਫ ਕਿਵੇਂ ਵਧਾ ਸਕਦੇ ਹਾਂ ਇਹਦੀ ਡਰਾਈਵਿੰਗ ਦੀ ਟ੍ਰੇਨਿੰਗ ਦੇ ਨਾਲ ਦੇ ਨਾਲ ਗੱਡੀ ਦੀ ਟੈਕਨੀਕਲ ਕਿ ਉਹਦੀ ਲਾਈਫ ਮੇਨਟੇਨੈਂਸ ਅਸੀਂ ਕਿਵੇਂ ਉਹਨੂੰ ਰੱਖਣਾ ਹੈਗਾ ਸਾਂਭ ਸੰਭਾਲ ਕਿਵੇਂ ਕਿ ਤੁਸੀਂ ਉਹਦਾ ਜਿਹੜਾ ਵਧੀਆ ਲਾਈਫ ਕਿਵੇਂ ਵਧਾ ਸਕਦੇ ਹੋ ਸੋ ਹੋਰ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਆ ਚਲੋ ਤੁਸੀਂ ਇਹਨਾਂ ਨੂੰ ਕੰਟੀਨਿਊ ਕਰੋ ਕਾਰ ਦੇ ਅੰਦਰ ਤਾਂ ਪਹੁੰਚ ਚੁੱਕੇ ਹੁਣ ਇੱਕ ਇੱਕ ਕਰਕੇ ਸਾਰੇ ਇੰਸਟਰਕਸ਼ਨਸ ਆਪਾਂ ਸੁਖਵਿੰਦਰ ਜੀ ਤੋਂ ਪੁੱਛਾਂਗੇ ਸੁਖਵਿੰਦਰ ਜੀ ਪਹਿਲਾਂ ਇੰਸਟਰਕਸ਼ਨਸ ਕੀ ਹੁੰਦੀਆਂ ਨੇ ਸਭ ਤੋਂ ਪਹਿਲਾਂ ਜਿਹੜੀ ਸੀਟ ਕੰਫਰਟ ਕਰਨੀ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਅਲੱਗ ਅਲੱਗ ਡਰਾਈਵਰ ਦੀ ਅਲੱਗ ਅਲੱਗ ਹਾਈਟ ਦੇ ਹਿਸਾਬ ਨਾਲ ਤੁਹਾਡੀ ਸੀਟ ਕੰਫਰਟ ਹੋਣੀ ਜ਼ਰੂਰ ਬਹੁਤ ਜ਼ਰੂਰੀ ਇਹਦਾ ਇੱਕ ਟੈਕਨੀਕਲੀ ਇਹ ਹੈਗਾ ਕਿ ਤੁਸੀਂ ਕਲੱਚ ਤੁਹਾਡੇ ਕੋਲ ਪੂਰਾ ਦੱਬ ਹੋਣਾ ਚਾਹੀਦਾ ਸੀਟ ਨੂੰ ਤੁਸੀਂ ਅੱਗੇ ਪਿੱਛੇ ਕਰਕੇ ਦੋ ਐਡਜਸਟਮੈਂਟ ਹੁੰਦੀਆਂ ਜੀ ਬੇਸਿਕਲੀ ਇੱਕ ਤਾਂ ਸੀਟ ਨੂੰ ਅੱਗੇ ਪਿੱਛੇ ਕਰਨਾ ਇੱਕ ਇਹਦੀ ਬੈਕ ਦੀ ਅਤੇ ਬੈਕ ਤੁਹਾਡੀ ਨਾ ਤਾਂ ਜ਼ਿਆਦਾ ਅੱਗੇ ਨੂੰ ਝੁੱਕ ਕੇ ਅਤੇ ਨਾ ਜ਼ਿਆਦਾ ਪਿੱਛੇ ਮਤਲਬ ਕੰਫਰਟ ਜ਼ੋਨ ਦੇ ਵਿੱਚ ਦੂਜਾ ਸੀਟ ਬੈਲਟ ਲਾਉਣੀ ਬਹੁਤ ਜ਼ਰੂਰੀ ਹੈ ਬਹੁਤੇ ਲੋਕ ਇਹਨੂੰ ਫਾਰਮੈਲਿਟੀ ਸਮਝਦੇ ਆ ਕਿ ਫਾਰਮੈਲਿਟੀ ਆ ਜਾਂ ਪੁਲਿਸ ਤੋਂ ਚਲਾਣ ਕਰਕੇ ਪਰ ਇੱਦਾਂ ਦਾ ਕੁਛ ਨਹੀਂ ਹੈ ਜੀ ਇਹ ਤੁਹਾਡੀ ਸੇਫਟੀ ਦੇ ਲਈ ਬਹੁਤ ਜ਼ਰੂਰੀ ਹੈ ਇੱਕ ਇਹਦੇ ਵਿੱਚ ਜ਼ਰੂਰੀ ਚੈੱਕ ਕਰਨੇ ਵਾਲੀ ਬਹੁਤੇ ਲੋਕਾਂ ਨੂੰ ਇਹ ਗੱਲ ਪਤਾ ਨਹੀਂ ਹੁੰਦੀ ਕਿ ਇਹਦਾ ਲੌਕ ਲੱਗਣਾ ਬਹੁਤ ਜ਼ਰੂਰੀ ਹੈ ਜਦੋਂ ਕੋਈ ਝਟਕਾ ਜਾਂ ਐਕਸੀਡੈਂਟ ਇਹੋ ਜਿਹੀ ਸਿਚੁਏਸ਼ਨ ਹੁੰਦੀ ਤਾਂ ਇਹਦਾ ਆਟੋਮੈਟਿਕ ਲੌਕ ਲੱਗਣਾ ਜ਼ਰੂਰੀ ਜੇ ਲੌਕ ਨਹੀਂ ਲੱਗਦਾ ਪਿਆ ਤੁਸੀਂ ਫਾਰਮੈਲਿਟੀ ਕਰਕੇ ਹਾਂਜੀ ਬਿਲਕੁਲ ਜੀ ਗੱਡੀ ਸ਼ੁਰੂ ਕਰਨੇ ਤੋਂ ਪਹਿਲਾਂ ਕੁਛ ਜਿਹੜੀਆਂ ਚੈੱਕ ਕਰਨ ਵਾਲੀਆਂ ਚੀਜ਼ਾਂ ਵੀ ਉਹ ਅਸੀਂ ਕੀ ਚੈੱਕ ਕਰਨਾ ਹੈਗਾ ਤੇ ਜਿਵੇਂ ਅਸੀਂ ਚਾਬੀ ਲਗਾਉਂਦੇ ਹਾਂ ਤੇ ਬਹੁਤ ਸਾਰੇ ਸਾਈਨਸ ਆਉਂਦੇ ਨੇ ਤੇ ਬਹੁਤੇ ਡਰਾਈਵਰਾਂ ਨੂੰ ਆ ਸਾਈਨ ਵਗੈਰਾ ਪਤਾ ਨਹੀਂ ਹੈ ਵੀ ਇਹ ਕੀ ਚੀਜ਼ਾਂ ਕਾਹਦੀਆਂ ਲਾਈਟਾਂ ਆ ਰਹੀਆਂ ਇਹ ਸਾਨੂੰ ਇੰਸਟਰਕਸ਼ਨ ਦੇ ਰਹੇ ਸਿੰਬਲਸ ਨੇ ਜਿਵੇਂ ਬੈਟਰੀ ਦਾ ਸਾਈਨ ਹੈ ਕਿ ਬੈਟਰੀ ਜਿਹੜੀ ਆ ਉਹ ਸਟਾਰਟ ਕਰਨੇ ਦੇ ਲਈ ਤਿਆਰ ਹੈ ਫਿਊਲ ਵੀ ਰੈਡੀ ਹੈ ਅਤੇ ਆਹ ਇੱਕ ਸਾਈਨ ਹੈਗਾ ਜਿਹੜਾ ਹੈਂਡ ਬ੍ਰੇਕ ਦਾ ਅਤੇ ਉਸ ਤੋਂ ਇਲਾਵਾ ਕੁਛ ਇੰਜਨ ਦੇ ਨਾਲ ਰਿਲੇਟਡ ਜਦੋਂ ਅਸੀਂ ਇੰਜਨ ਰਨ ਕਰਦੇ ਤਾਂ ਸਾਰੇ ਬੁੱਝ ਜਾਣੇ ਚਾਹੀਦੇ ਮੈਂ ਹੁਣ ਤੁਹਾਨੂੰ ਸਟਾਰਟ ਕਰਕੇ ਦੱਸਦਾ ਜੀ ਅਤੇ ਗੱਡੀ ਤੁਹਾਡੀ ਨਿਊਟਰਲ 'ਚ ਚਾਹੀਦੀ ਹੈ ਜਦੋਂ ਸਟਾਰਟ ਹੋਣੀ ਹੈ ਕੁਝ ਲੋਕ ਇਹ ਵੀ ਕਰਦੇ ਕਿ ਗੇਅਰ ਵਿੱਚ ਪਾ ਕੇ ਕਲੱਚ ਘੁੱਟ ਕੇ ਉਹ ਸੇਫ ਨਹੀਂ ਹੈਗਾ ਬਹੁਤ ਰੋਂਗ ਐਕਸਰਸਾਈਜ਼ ਆ ਅਤੇ ਜਦੋਂ ਤੁਸੀਂ ਸ਼ੁਰੂ ਕਰਨੀ ਹੈ ਤਾਂ ਨਿਊਟਰਲ 'ਚ ਕਰੋ ਤੇ ਦੇਖੋ ਸਾਰੇ ਸਾਈਨ ਜਿਹੜੇ ਬੁੱਝ ਗਏ ਕੋਈ ਵੀ ਇੱਕ ਚੱਲ ਰਿਹਾ ਜੀ ਉਹ ਹੈਂਡ ਬ੍ਰੇਕ ਦਾ ਹੈ ਅਤੇ ਗੱਡੀ ਸ਼ੁਰੂ ਕਰਨੇ ਤੋਂ ਪਹਿਲਾਂ ਅਸੀਂ ਹੈਂਡ ਬ੍ਰੇਕ ਡਾਊਨ ਕਰਾਂਗੇ ਅਤੇ ਇਸੇ ਤਰੀਕੇ ਦੇ ਨਾਲ ਅਸੀਂ ਦੇਖੋ ਕਲੱਚ ਦੱਬ ਕੇ ਫਸਟ ਗੇਅਰ ਦੇ ਵਿੱਚ ਹਮੇਸ਼ਾ ਗੱਡੀ ਸ਼ੁਰੂ ਹੁੰਦੀ ਹੈ ਅਤੇ ਇਸ ਨੂੰ ਆਪਾਂ ਸ਼ੁਰੂ ਕਰਾਂਗੇ ਹੁਣ ਅਸੀਂ ਰੋਡ ਨੂੰ ਜੁਆਇਨ ਕਰਾਂਗੇ ਰੋਡ ਨੂੰ ਅਸੀਂ ਕਦੀ ਵੀ ਇੱਦਾਂ ਨਹੀਂ ਕਿ ਬਿਨਾਂ ਉਹ ਤੋਂ ਬਿਨਾਂ ਕਿਸੇ ਇੰਡੀਕੇਟਰ ਤੋਂ ਇੰਡੀਕੇਟਰ ਮਸਟ ਹੈ ਜੀ ਔਰ ਵੇਟ ਕਰੋ ਫਸਟ ਪ੍ਰਾਇਓਰਟੀ ਜਿਹੜੇ ਲੋਕ ਚੱਲ ਰਹੇ ਨੇ ਆਲਰੇਡੀ ਰੋਡ ਜਿੱਦ ਨੂੰ ਚੱਲ ਰਿਹਾ ਉਹਨਾਂ ਦੀ ਹੈ ਅਸੀਂ ਇਸ ਨੂੰ ਜੁਆਇਨ ਕਰਨਾ ਅਤੇ ਇਹ ਬਹੁਤ ਸਾਰੀ ਇੱਥੇ 90% ਇਹੀ ਐਕਸੀਡੈਂਟ ਹੁੰਦੇ ਕਿ ਅਸੀਂ ਅਨਈਵਨਲੀ ਵਿੱਚ ਆ ਜਾਂਦੇ ਹਾਂ ਜ਼ਰੂਰੀ ਹੈ ਪੇਸ਼ੈਂਸ ਬਹੁਤ ਜ਼ਰੂਰੀ ਹੈ ਇਸੇ ਤਰੀਕੇ ਦੇ ਨਾਲ ਅਸੀਂ ਔਰ ਕੁਛ ਹੋਰ ਵੀ ਰੋਡ 'ਤੇ ਚੱਲਣ ਦੀਆਂ ਤਕਨੀਕੀ ਗੱਲਾਂ ਹੈਗੀਆਂ ਜੀ ਕਿ ਅਸੀਂ ਇੱਕਦਮ ਗੱਬੇ ਨਹੀਂ ਆ ਜਾਣਾ ਪਹਿਲਾਂ ਆਪਾਂ ਥੋੜ੍ਹੀ ਜਿਹੀ ਗੱਡੀ ਨੂੰ ਸਾਈਡ 'ਤੇ ਚਲਾਵਾਂਗੇ ਉਸ ਤੋਂ ਬਾਅਦ ਜਿਵੇਂ ਜਿਵੇਂ ਅਸੀਂ ਸਪੀਡ ਗੇਨ ਕਰਦੇ ਜਾਂਦੇ ਹਾਂ ਗੇਅਰ ਅਸੀਂ ਅਪ ਕਰਦੇ ਜਾਂਦੇ ਹਾਂ ਅਤੇ ਅਸੀਂ ਅਕੋਰਡਿੰਗ ਟੂ ਸਪੀਡ ਆਪਾਂ ਸੜਕ ਦੇ ਉੱਤੇ ਆਵਾਂਗੇ ਸੈਂਟਰ 'ਤੇ ਅੱਛਾ ਇੱਕ ਨਾ ਜਿਹੜੇ ਨਵੇਂ ਡਰਾਈਵਰ ਹੁੰਦੇ ਆ ਉਹਨਾਂ ਨੂੰ ਕੌਨਸ਼ੀਅਸ ਬਹੁਤ ਹੋ ਜਾਂਦੇ ਇਸ ਕਰਕੇ ਧਿਆਨ ਕਿ ਵੇਲੇ ਕਲੱਚ ਚਲੇ ਜਾਂਦਾ ਕਿ ਵੇਲੇ ਗੇਅਰ ਚਲੇ ਜਾਂਦਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਹ ਇੱਕ ਸੁਭਾਵਿਕ ਗੱਲ ਹੈ ਜੀ ਜਦੋਂ ਕਿਸੇ ਚੀਜ਼ ਦੀ ਸਾਨੂੰ ਪ੍ਰੈਕਟਿਸ ਨਹੀਂ ਹੁੰਦੀ ਇਹ ਪ੍ਰੈਕਟਿਸ ਦੇ ਨਾਲ ਹੀ ਥੋੜ੍ਹਾ ਹੁੰਦਾ ਉਸੇ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਜਿੱਥੇ ਪ੍ਰੈਕਟਿਸ ਜ਼ਰੂਰੀ ਹੈ ਉਹਦੇ ਨਾਲ ਤੁਹਾਨੂੰ ਥਰੈਟੀਕਲ ਪੋਜੀਸ਼ਨ ਵੀ ਤੁਹਾਡਾ ਪੂਰਾ
ਹੋਣਾ ਚਾਹੀਦਾ, ਤੁਸੀਂ ਪ੍ਰਪੇਅਰ ਹੋਣੇ ਚਾਹੀਦੇ, ਉਹ ਐਕਸਰਸਾਈਜ਼ ਵੀ ਬਹੁਤ ਜ਼ਰੂਰੀ। ਇਹ ਨਹੀਂ ਕਿ ਤੁਸੀਂ ਸਿੱਧਾ ਹੀ ਆ ਕੇ ਅਤੇ ਚਲੋ ਵੀ ਚਲੋ ਗੱਡੀ ਚਲਾਉਣ ਲੱਗ ਪਏ, ਕੁਛ ਪਤਾ ਨਹੀਂ ਹੈਗਾ, ਅਤੇ ਉਹ ਇੱਕ ਕਾਰਨ ਬਣਦਾ। ਉਹ ਇੰਸਟਰਕਟਰ ਜਿਹੜੇ ਆ ਜਾਂ ਟ੍ਰੇਨਡ ਆਪਣੇ ਸਕੂਲ ਵਾਲੇ ਹੈਗੇ ਆ ਅਲੱਗ ਅਲੱਗ, ਅਤੇ ਉਹਨਾਂ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਅਤੇ ਗਾਈਡ ਕਰ, ਹਾਂਜੀ ਉਹ ਗਾਈਡ ਕਰਕੇ ਹੀ ਸਟੂਡੈਂਟ ਨੂੰ ਔਨ ਰੋਡ 'ਤੇ ਲੈ ਕੇ ਗਾਈਡ ਕਰਦੇ। ਹਾਂਜੀ, ਅਤੇ ਹੁਣ ਮੈਂ ਤੁਹਾਨੂੰ ਇੱਥੋਂ ਯੂ ਟਰਨ ਲੈਣ ਦਾ ਤਰੀਕਾ, ਦੇਖੋ ਅਸੀਂ ਪਹਿਲਾਂ ਤਾਂ ਮੈਕਸੀਮਮ ਆਊਟ ਇੱਧਰ ਚਲ ਗਏ ਹਾਂ ਅਤੇ ਇੱਥੇ ਆਪਾਂ ਸਟੋਪ ਕਰਕੇ ਇੱਕ ਨੰਬਰ ਪਾ ਕੇ ਮੈਂ ਸਾਰਾ ਸਟੇਅਰਿੰਗ ਜਿੱਦਾਂ ਘੁੰਮਾ ਲਿਆ ਅਤੇ ਇਹਨੂੰ ਆਪਾਂ ਇੰਡੀਕੇਟਰ ਦੇ ਦਿੱਤਾ। ਅਤੇ ਸਾਈਡ ਗਲਾਸ ਦੀ ਸੈਟਿੰਗ ਹੋਣੀ ਬਹੁਤ ਜ਼ਰੂਰੀ ਹੈ, ਸਾਈਡ ਮਿਰਰ। ਅਤੇ ਦੇਖ ਬਹੁਤੇ ਆਪਣੇ ਜਿਹੜੇ ਡਰਾਈਵਰ ਆ ਉਹ ਇਸ ਚੀਜ਼ ਨੂੰ ਕਈ ਵੇਲੇ ਗੱਡੀਆਂ ਦੇ ਹੁੰਦੇ ਹੀ ਨਹੀਂ ਹੈ, ਇਗਨੋਰ ਵੀ ਕਰਦੇ ਆ, ਅਤੇ ਇਹ ਬਹੁਤ ਜ਼ਰੂਰੀ ਹੈ। ਸੁਖਵਿੰਦਰ ਜੀ, ਜਦ ਤੱਕ ਕਾਰ ਆਪਾਂ ਯੂ ਟਰਨ ਕਰਦੇ ਹਾਂ ਮੈਨੂੰ ਇੱਥੇ ਕੁਝ ਪੈਡਲਸ ਨਜ਼ਰ ਆ ਰਹੇ ਨੇ, ਮੈਂ ਚਾਹੁੰਦਾ ਕੈਮਰਾਮੈਨ ਜ਼ੂਮ ਇਨ ਕਰਕੇ ਦਿਖਾਉਣ। ਇਹ ਆਪੋਜ਼ਿਟ ਸਾਈਡ 'ਤੇ ਨੇ ਜਿਹਨੂੰ ਕਲਿੰਡਰ ਸਾਈਡ ਵੀ ਕਹਿ ਦਿੰਦੇ ਨੇ, ਇਹਦਾ ਕੀ ਕਾਰਨ ਹੈ ਜੀ? ਹਾਂਜੀ, ਜਿਹੜੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਡਰਾਈਵਿੰਗ ਸਕੂਲ ਦੀਆਂ ਗੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਸੇਫਟੀ ਪੈਡਲ ਇੰਸਟਰਕਟਰ ਦੇ ਲਈ ਹੈ ਕਿ ਜਿਹੜੇ ਸਟੂਡੈਂਟ ਗੱਡੀ ਚਲਾ ਰਿਹਾ ਉਹ ਹਲੇ ਉਨਾ ਟ੍ਰੇਨ ਨਹੀਂ ਹੁੰਦਾ, ਜੇ ਕੋਈ ਗਲਤੀ ਕਰਦਾ ਜਾਂ ਉਹਦੀ ਕੋਈ ਬ੍ਰੇਕ ਨਹੀਂ ਲੱਗਦੀ ਤਾਂ ਇੰਸਟਰਕਟਰ ਉਧਰੋਂ ਦੀ ਕੰਟਰੋਲ ਕਰ ਲਏਗਾ ਜੀ। ਅਤੇ ਦੂਜਾ ਇਹਦਾ ਇਹ ਵੀ ਹੈ ਕਿ ਡਰਾਈਵਿੰਗ ਸਕੂਲ ਦੀ ਅਪਰੂਵਲ ਇਸ ਤੋਂ ਬਿਨਾਂ ਨਹੀਂ ਹੁੰਦੀ, RTO ਜਿਹੜੇ ਨੇ ਉਹ ਬਕਾਇਦਾ ਇਹਨੂੰ ਚੈੱਕ ਕਰਦੇ ਨੇ, ਐਨਾਲਾਈਜ਼ ਕਰਦੇ ਰਹਿੰਦੇ ਨੇ। ਹਾਂਜੀ, ਐਨਾਲਾਈਜ਼ ਹਰੇਕ ਸਾਲ ਸਾਡੀ ਗੱਡੀ ਉਹ ਬਕਾਇਦਾ ਚੈੱਕ ਹੁੰਦੀ ਆ ਅਤੇ ਉਹ ਫਿਰ ਇਸ ਨੂੰ ਚੈੱਕ ਕਰਦੇ ਨੇ ਟਾਈਮ ਟੂ ਟਾਈਮ। ਇਹ ਬਹੁਤ ਸੇਫਟੀ, ਇਸ ਤੋਂ ਬਿਨਾਂ ਤੁਸੀਂ ਰੋਡ 'ਤੇ ਬਾਈ ਚਾਂਸ ਜਿਹੜਾ ਤੁਹਾਡਾ ਟ੍ਰੇਨੀ ਆ, ਹਾਂਜੀ, ਉਹ ਅਗਰ ਘਬਰਾ ਜਾਂਦਾ ਅਤੇ ਉਧਰੋਂ ਜਿਹੜਾ ਇੰਸਟਰਕਟਰ ਹੈਗਾ ਉਹ ਕੰਟਰੋਲ ਕਰ ਸਕਦਾ ਅਗਰ ਕੋਈ ਅਨਸਫਾ ਵੀ ਘਟਨਾ ਕਿ ਨਾ ਹੋਵੇ। ਹਾਂਜੀ ਹਾਂਜੀ ਬਿਲਕੁਲ ਜੀ, ਇਹ ਸੇਫਟੀ ਦੇ ਲਈ ਬਹੁਤ ਜ਼ਰੂਰੀ ਹੈ ਜੀ। ਚਲੋ ਆਪਾਂ ਹੁਣ ਇਹ ਵੀ ਚਾਹਾਂਗੇ ਕਿ ਜਿਹੜਾ ਤੁਹਾਡੇ ਨਾਲ ਟ੍ਰੇਨਿੰਗ ਆਇਆ ਹੋ ਇੱਕ ਵਾਰੀ ਉਹਨੂੰ ਵੀ ਜਿਹੜਾ ਆਪਾਂ ਡਰਾਈਵ ਕਰਦੇ ਦੇਖੀਏ। ਹਾਂਜੀ ਜੀ, ਤੁਸੀਂ ਦੇਖ ਰਹੇ ਹੋ ਹੁਣ ਸੁਖਵਿੰਦਰ ਜੀ ਨੇ ਇੰਸਟਰਕਟ ਵੀ ਕਰ ਦਿੱਤਾ ਕਿ ਇੰਡੀਕੇਟਰ ਦੇ ਦਿਓ, ਇੰਡੀਕੇਟਰ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਔਰ ਪਿੱਛੋਂ ਤੁਸੀਂ ਕਲੀਅਰੈਂਸ ਲੈਂਦੇ ਜਾਓ, ਸ਼ੀਸ਼ੇ 'ਤੇ ਪ੍ਰੋਪਰ ਦੇਖੋ, ਅੱਗੇ ਵੀ ਦੇਖੋ ਅਤੇ ਇੱਥੇ ਆ ਕੇ ਤੁਸੀਂ ਸਕੂਟੀ ਲੰਘਾ ਲਓ ਜੀ। ਜੀ, ਅਤੇ ਇਹਨੂੰ ਕੱਟ ਲਓ ਪ੍ਰੋਪਰ। ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਉਹਨਾਂ ਕੋਲ ਐਕਸਟਰਾ ਪੈਡਲ ਨੇ ਉਹਦਾ ਪੂਰਾ ਜਿਹੜਾ ਮੁਕੰਮਲ ਯੂਜ਼ ਕਰ ਰਹੇ ਨੇ ਸੁਖਵਿੰਦਰ ਜੀ, ਔਰ ਯੂਜ਼ ਦੇ ਨਾਲ ਹੀ ਜਿਹੜਾ ਆਪਾਂ ਪਹੁੰਚ ਗਏ। ਬੜੀ ਅੱਛੀ ਰਾਈਡ ਰਹੀ ਆ ਜੀ, ਬੜੇ ਹੀ ਸੁਹਿਰਦ ਤਰੀਕੇ ਨਾਲ, ਬੜੇ ਹੀ ਸੁਜੱਜੇ ਤਰੀਕੇ ਨਾਲ ਜਿਹੜੇ ਆਪਣੇ ਟ੍ਰੇਨਿਸ ਨੂੰ ਇਹ ਟ੍ਰੇਨ ਕਰਦੇ ਨੇ। ਸੁਖਵਿੰਦਰ ਜੀ, ਇੱਥੇ ਮੈਨੂੰ JCB ਵੀ ਨਜ਼ਰ ਆ ਰਹੀ ਹੈ। ਹਾਂਜੀ, ਮੈਂ ਇਹਦੇ ਅੰਦਰਲੀ ਵੀ ਗੁੰਝਲ ਜ਼ਰੂਰ ਕਲੀਅਰ ਕਰੋ। ਹਾਂਜੀ ਬਿਲਕੁਲ ਜੀ, ਜਿਵੇਂ ਅਸੀਂ LMB ਕਾਰ ਦੀ ਟ੍ਰੇਨਿੰਗ ਦਿੰਦੇ ਹਾਂ ਉਸੇ ਤਰ੍ਹਾਂ ਅਸੀਂ ਅਰਥ ਮੂਵਿੰਗ ਮਸ਼ੀਨਰੀ ਦੀ ਵੀ ਇੱਥੇ ਟ੍ਰੇਨਿੰਗ ਦਿੰਦੇ ਹਾਂ। ਮੈਂ ਉਹੀ ਸਵਾਲ ਮੇਰਾ ਨਾ ਕਿ ਜਿਵੇਂ ਇਹ ਤਾਂ ਆਪਾਂ ਸੜਕ 'ਤੇ ਆਪਾਂ ਇਹਨੂੰ ਸਿੱਖ ਸਕਦੇ ਹਾਂ, ਇਹਦੇ ਲਈ ਤਾਂ ਸਪੈਸ਼ਲ ਟਰੈਕ ਚਾਹੀਦਾ, ਸਪੈਸ਼ਲ ਫੀਲਡ ਦੇ ਵਿੱਚ ਜਾ ਕੇ ਉੱਥੇ ਅਲੱਗ ਅਲੱਗ ਤਰ੍ਹਾਂ ਦੀ ਇਹਦੀ ਪ੍ਰੈਕਟਿਸ ਜਿਹੜੀ ਆ ਉਹ ਟ੍ਰੇਨਿੰਗ ਆਪਾਂ ਦਿੰਦੇ ਹਾਂ ਅਤੇ ਆ ਜਾਓ ਆਪਾਂ ਤੁਹਾਨੂੰ ਇਹਦੇ ਉੱਤੇ ਵੀ। ਇਹ ਬੜਾ ਐਕਸਾਈਟਿੰਗ ਹੋਣ ਵਾਲਾ ਹੈ ਜੀ, ਉਹ ਕਹਾਵਤ ਵੀ ਹੈ ਨਾ ਕਿਊਰਿਓਸਿਟੀ ਕੈਨ ਕਿਲ ਦਾ ਕੈਟ, ਤਾਂ ਆਪਾਂ ਚੜ੍ਹ ਕੇ ਜ਼ਰੂਰ ਦੇਖਣਾ ਕਿ ਚਲਾਉਂਦੇ ਕਿਵੇਂ ਆ। ਚਲੋ ਜੀ, ਉਸ ਪਾਸੇ ਆਉਣਾ ਪਏਗਾ, ਉੱਧਰੋਂ ਆਉਣਾ ਪੈਣਾ ਜੀ। ਇਹਦੇ ਚੜ੍ਹਨਾ ਵੀ ਬੜਾ ਮੁਸ਼ਕਿਲ ਲੱਗ ਰਿਹਾ ਮੈਨੂੰ। ਹਾਂਜੀ, ਥੋੜ੍ਹਾ ਜਿਹਾ ਸੇਫਟੀ ਦੇ ਨਾਲ ਜੀ ਜੀ। ਸੋ ਵੀਡੀਓ ਦੇਖਣ ਵਾਲੇ ਲਈ ਬਹੁਤ ਇੰਟਰਸਟਿੰਗ ਹੋਣ ਵਾਲੀ, ਕਿਉਂਕਿ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਕੋਈ ਐਂਕਰ JCB ਦੇ ਵਿੱਚ ਵੜ ਕੇ ਤੁਹਾਨੂੰ ਰਿਵਿਊ ਕਰੇਗਾ। ਚਲੋ ਆਓ, ਘਰ ਵਿੱਚ ਨਹੀਂ ਸਟਾਰਟ ਆਪਾਂ ਇਹਨੂੰ ਨੋਰਮਲੀ ਜਿੱਦਾਂ ਕਾਰ ਨੂੰ ਸਟਾਰਟ ਕਰਦੇ ਉੱਤੇ ਸਟਾਰਟ ਕਰਾਂਗੇ ਕਿ ਇਹਦਾ ਵੀ ਹੋਰ ਫੀਚਰ ਹੈ? ਹਾਂਜੀ, ਲਗਭਗ ਇਹਦੇ ਵਿੱਚ ਜਿਵੇਂ ਅਸੀਂ ਕਾਰ ਦਾ ਇੰਜਨ ਸਟਾਰਟ ਕਰਦੇ ਹਾਂ ਉੱਦਾਂ ਹੀ ਇਹਨੂੰ ਸਟਾਰਟ ਕਰਦੇ ਹਾਂ, ਪਰ ਜਿੱਥੋਂ ਤੱਕ ਇਹਨੂੰ ਤੋਰਨ ਦਾ ਜਾਂ ਆਪਰੇਸ਼ਨ ਦੇ ਆ ਉਹ ਥੋੜ੍ਹਾ ਡਿਫਰੈਂਟ ਆ, ਕਿਉਂਕਿ ਮੈਨੂੰ ਉਹ ਵੀ ਨਜ਼ਰ ਆ ਰਿਹਾ ਕਿ ਥੱਲੇ ਲੱਗਿਆ ਹੋਇਆ ਜੀ। ਹਾਂਜੀ, ਉਹਨੂੰ ਲੋਡਰ ਕਹਿੰਦੇ ਆ ਜੀ, ਫਰੰਟ ਲੋਡਰ ਆ ਉਹ ਇਸ ਵੇਲੇ ਥੱਲੇ ਲੱਗਾ ਹੋਇਆ। ਜਦੋਂ ਅਸੀਂ ਇਹਨੂੰ ਮੂਵ ਕਰਨਾ ਤਾਂ ਪਹਿਲਾਂ ਉਹ ਘੱਟੋ ਘੱਟ ਵੀ 12 ਇੰਚੀ ਜਾਂ 1 ਫੁੱਟ ਦੇ ਕਰੀਬ ਉੱਪਰ ਰੋਡ ਤੋਂ ਹੋਣਾ ਚਾਹੀਦਾ, ਅਤੇ ਇਹ ਸਾਡਾ ਆਪਰੇਟਰ ਤੁਹਾਨੂੰ ਕਰਕੇ ਦੱਸਦਾ। ਕਰੋ ਚੰਨੀ ਜੀ, ਲੋਡਰ ਪਹਿਲਾਂ ਉੱਪਰ ਕਰੋ। ਹਾਂਜੀ, ਉੱਧਰੋਂ ਲੋਡਰ ਕਰੋ। ਦੇਖੋ ਜੀ, ਦੇਖ ਸਕਦੇ ਇਸ ਲੀਵਰ ਦੇ ਨਾਲ ਇਹਨਾਂ ਨੇ, ਦੇਖੋ ਅੱਛਾ ਉਹ, ਅਤੇ ਉਸੇ ਤਰ੍ਹਾਂ ਹੀ JCB ਦੇ ਇਸ ਹਿੱਸੇ ਨੂੰ ਅਸੀਂ ਹੈਕਸਾਵੇਟਰ ਬੋਲਦੇ ਹਾਂ ਜੀ, ਅਤੇ ਇਹ ਵੀ ਪਾਰਕਿੰਗ ਮੋਡ ਦੇ ਵਿੱਚ ਇਸ ਵੇਲੇ ਆ ਅਤੇ ਆਪਰੇਟਰ ਤੁਹਾਨੂੰ ਇਹ ਅਨਪਾਰਕਿੰਗ ਕਰਕੇ ਦਿਖਾਏਗਾ। ਦੇਖੋ ਬੈਕ ਜਿਹੜੀ ਬੂਮ ਹੈਗਾ ਉਹ ਮੂਵ ਕਰ ਗਿਆ, ਅਤੇ ਇਸੇ ਤਰ੍ਹਾਂ ਉਹ ਬਾਕਟ ਨੂੰ ਵੀ ਇਕੱਠੀ ਕਰੇਗਾ, ਇਸ ਲੀਵਰ ਦੇ ਨਾਲ ਬਾਕਟ ਨੂੰ ਇਕੱਠੀ ਕਰ ਰਿਹਾ ਤਾਂ ਕਿ ਆਉਣ ਜਾਣ ਵਾਲੇ ਕਿਸੇ ਹੋਰ ਨੂੰ ਟ੍ਰਬਲ ਨਾ। ਹਾਂਜੀ,
ਅਤੇ ਜਦੋਂ ਅਸੀਂ ਇਹਨੂੰ ਟਰੈਵਲ ਕਰਨਾ ਹੈ ਅਤੇ ਇਹ ਸਾਰੀਆਂ ਚੀਜ਼ਾਂ ਮੋਰੋ ਆਪਣਾ ਲੋਡਰ ਅਤੇ ਪਿੱਛੋਂ ਜਿਹੜਾ ਹੈਕਸਾਵੇਟਰ ਆ ਇਹ ਅੱਪ ਹੋਣੇ ਚਾਹੀਦੇ। ਉਸ ਦੇ ਨਾਲ ਮੈਂ ਤੁਹਾਨੂੰ ਹੋਰ ਇੱਕ ਦੱਸਦਾ ਕਿ ਇਹਦੇ ਸਟੈਬਲਾਈਜ਼ਰ ਹੁੰਦੇ ਆ ਜੀ, ਸਟੈਬਲਾਈਜ਼ਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਸਟੈਬਲਾਈਜ਼ਰ ਜਿਹੜੇ ਪੈਰ ਆ ਤੋ ਇਹ ਸਲੀਪਰ ਦੀ ਸਹਾਇਤਾ ਦੇ ਨਾਲ ਸਟੈਬਲਾਈਜ਼ਰ ਵੀ ਜਿਹੜੇ ਉਹ ਲੀਵਰ ਆ ਹਾਂ ਜਿਹਦੇ ਕੰਟਰੋਲ ਚ ਆ ਇਹ ਚੱਕ ਰਿਹਾ ਜਿਹੜੇ ਪੈਰ ਲੱਗੇ ਹੋਏ ਸੀ ਥੱਲੇ। ਚਲੋ ਹੁਣ ਆਪਾਂ ਤੁਹਾਨੂੰ ਬਹੁਤ ਜਲਦੀ ਜਾ ਕੇ ਜਿਹੜਾ ਟਰੈਕ ਤੇ ਮਿਲਦੇ ਆ, ਤੁਸੀਂ ਉਹਨੂੰ ਕੀ ਯਾਰਡ ਕਹਿ ਰਹੇ ਹੋ? ਹਾਂਜੀ ਯਾਰਡ। ਚਲੋ ਯਾਰਡ ਤੇ ਮਿਲਦੇ ਆ ਜੀ। ਮੇਰੇ ਖਿਆਲ ਯਾਰਡ ਅੰਦਰ ਪਹੁੰਚ ਗਏ। ਹਾਂਜੀ ਇਹ ਸਾਡਾ ਪ੍ਰੈਕਟਿਸ ਕਰਨ ਦੇ ਲਈ ਬਿਲਕੁਲ ਨਾਲ ਹੀ ਹੈ ਜੀ ਯਾਰਡ। ਸੋ ਯਾਰਡ ਵਿੱਚ ਪਹੁੰਚ ਚੁੱਕੇ ਹਾਂ ਔਰ ਤੁਹਾਨੂੰ ਦਿਖਾਵਾਂਗੇ ਕਿਵੇਂ ਇਹ ਮਿੱਟੀ ਨੂੰ ਪੁੱਟਦੇ ਨੇ ਔਰ ਕਿਵੇਂ ਟ੍ਰੇਨਿੰਗ ਦਿੰਦੇ ਨੇ। ਤੁਹਾਨੂੰ ਹੁਣ ਜੋ ਵੀਡੀਓ ਨਜ਼ਰ ਆ ਰਹੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ JCB ਦੇ ਨਾਲ ਕਿਵੇਂ ਟਰਾਲੀ ਲੋਡ ਕਰਦੀ ਆ ਉਹ ਵੀ ਸਿਖਾ ਰਹੇ ਨੇ। ਇੱਕ ਵਾਰੀ ਇਹਨਾਂ ਤੋਂ ਜ਼ਰੂਰ ਵੇਰਵਾ ਲੈ ਲੈਂਦੇ ਜੀ ਸੁਖਵਿੰਦਰ ਜੀ। ਸੂਰੀ ਸਾਹਿਬ ਇਹ JCB ਦਾ ਫਰੰਟ ਲੋਡਰ ਹੈ, ਇਸ ਦੇ ਨਾਲ ਅਸੀਂ ਜਿਹੜੀ ਟਰਾਲੀ ਹੈ ਉਹ ਮਿੱਟੀ ਜਿਹੜੀ ਉਹ ਭਰ ਕੇ ਦਿਖਾਵਾਂਗੇ ਟਰਾਲੀ ਦੇ ਵਿੱਚ। ਅਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਲੋਡਰ ਦੇ ਵਿੱਚ ਉਹਨੇ ਮਿੱਟੀ ਭਰ ਲਈ ਹੈ ਆਪਰੇਟਰ ਨੇ, ਅਤੇ ਇਹਦਾ ਰਿਵਰਸ ਫਾਰਵਰਡ ਗੇਅਰ ਲੀਵਰ ਹੁੰਦਾ। ਬਸ ਫਾਰਵਰਡ ਲੀਵਰ ਗੇਅਰ ਤੋਂ JCB ਰਿਵਰਸ ਕਰ ਲਈ ਹੈ ਜੀ, ਇਹ ਹੁਣ ਇਹਨੇ ਫਾਰਵਰਡ ਕਰਤਾ ਜੀ। ਅਤੇ ਉਸੇ ਤਰ੍ਹਾਂ ਲੋਡਰ ਨੂੰ ਅਪ ਕਰ ਲਿਆ ਦੇਖੋ, ਅਤੇ ਇਹ ਹੁਣ ਪੋਜੀਸ਼ਨ 'ਤੇ ਲੈ ਕੇ ਜਾ ਰਿਹਾ ਜੀ ਟਰਾਲੀ ਦੇ ਬਿਲਕੁਲ ਉੱਪਰ, ਅਤੇ ਲੋਡਰ ਦੇ ਲੀਵਰ ਦੇ ਨਾਲ ਉਸਨੇ ਜਿਹੜੀ ਬਾਕਟ ਨੂੰ ਪੂਰਾ ਉਹਦੇ ਉੱਤੇ ਰਿਲੀਜ਼ ਕਰਤਾ ਦੇਖੋ। ਸੋ ਅਗਰ ਮੈਂ ਚਾਹਾਂ ਕਿ ਅਗਰ ਮੈਂ ਇਹਦੀ ਇੱਕ ਟਰਾਈ ਲੈਣੀ ਲੈ ਤਾਂ ਲੈ ਸਕਦਾ ਜੀ? ਹਾਂਜੀ ਮੈਨੂੰ ਗਾਈਡ ਕਰ ਸਕਦੇ ਹੋ? ਅਸੀਂ ਥੋੜ੍ਹੀ ਜਿਹੀ ਇਹਦੀ ਪ੍ਰੈਕਟਿਸ ਕਰਾ ਕੇ ਥੋੜ੍ਹੀ ਜਿਹੀ ਜਾਣਕਾਰੀ ਦੇ ਕੇ ਆਪਾਂ ਤੁਸੀਂ ਬੜੇ ਆਰਾਮ ਦੇ ਨਾਲ ਇਹਨੂੰ ਚਲਾ ਸਕਦੇ ਹੋ। ਬਾਕੀ ਜਿੱਥੋਂ ਤੱਕ ਤੁਸੀਂ ਕਹੋਗੇ ਕਿ ਨਿਪੁੰਨ ਹੋਣਾ ਉਹਦੇ ਲਈ ਥੋੜ੍ਹਾ ਟਾਈਮ ਲੱਗਦਾ, ਸਾਡਾ ਕੋਰਸ ਹੁੰਦਾ ਪੂਰਾ ਇੱਕ ਮਹੀਨੇ ਦਾ। ਇੱਕ ਮਹੀਨੇ 'ਚ ਬੰਦੇ ਨੂੰ ਨਿਪੁੰਨ ਕਰ ਦੋਗੇ? ਹਾਂਜੀ ਮੋਟੇ ਤੌਰ 'ਤੇ ਮੈਂ ਕਹਿ ਸਕਦਾ ਕਿ ਇੱਕ ਮਹੀਨੇ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਓਪਰੇਟਰ ਹੈ ਉਹ ਚਲਾਉਣ ਲੱਗ ਪੈਂਦੇ ਆ। ਸੋ ਮੇਰੇ ਖਿਆਲ ਆਪਾਂ ਲੋਡਰ ਭਰ ਲਿਆ ਜੀ, ਇਹਨੂੰ ਉਹਦੇ ਨਾਲ ਬਕਟ ਜਿਹੜੀ ਕਿਵੇਂ ਫਿੱਲ ਕਰਨੀ ਉਹ ਜ਼ਰੂਰ ਦੱਸੋ। ਮੈਂ ਤੁਹਾਨੂੰ ਦੱਸਦਾ ਜੀ, ਇਹ ਇਸ ਦਾ ਹੁਣ ਓਪਰੇਟਰ ਜਿਹੜਾ ਇਹਦਾ ਬੈਕ ਗੇਅਰ ਪਾਏਗਾ ਸਭ ਤੋਂ ਪਹਿਲਾਂ ਇਹਦੇ। ਹਾਂਜੀ ਸਟੀਅਰਿੰਗ ਦੇ ਨਾਲ ਹੀ ਇਹਦਾ ਬੈਕ ਗੇਅਰ ਹੋ ਗਿਆ, ਔਰ ਉਸਨੇ ਬ੍ਰੇਕ ਰਿਲੀਜ਼ ਕਰਨੀ ਸ਼ੁਰੂ ਕੀਤੀ ਔਰ ਐਕਸਲੇਟਰ ਥੋੜ੍ਹਾ ਦੇਣਾ ਸ਼ੁਰੂ ਕਰ। ਤੁਸੀਂ ਦੇਖ ਰਹੇ ਹੋ ਕਿ ਮਸ਼ੀਨ ਜਿਹੜੀ ਉਹ ਪਿੱਛੇ ਨੂੰ ਆ ਰਹੀ ਹੈ। ਉਸ ਤੋਂ ਬਾਅਦ ਉਹਨੇ ਫਰੰਟ ਗੇਅਰ ਪਾ ਕੇ ਔਰ ਇਸ ਲੀਵਰ ਦੀ ਸਹਾਇਤਾ ਦੇ ਨਾਲ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਵੇਂ ਅਸੀਂ ਇਹਨੂੰ ਪਿੱਛੇ ਨੂੰ ਕਰਦੇ ਹਾਂ ਅਤੇ ਲੋਡਰ ਸਾਰਾ ਚੱਕ ਹੋ ਰਿਹਾ, ਅਤੇ ਉੱਥੇ ਜਾ ਕੇ ਪੂਰੀ ਪੋਜੀਸ਼ਨ ਲੈ ਕੇ ਓਪਰੇਟਰ ਨੇ ਬ੍ਰੇਕ ਲਗਾ ਦਿੱਤੀ ਫੁੱਟ ਬ੍ਰੇਕ, ਅਤੇ ਇਸ ਲੀਵਰ ਦੀ ਸਹਾਇਤਾ ਦੇ ਨਾਲ ਉਸਨੇ ਉਹਨੂੰ ਬਾਕਟ ਨੂੰ ਰਿਲੀਜ਼ ਕਰਤਾ ਅਤੇ ਮਿੱਟੀ ਸਾਰੀ ਦੀ ਸਾਰੀ ਜਿਹੜੀ ਉਹ ਟਰਾਲੀ ਦੇ ਵਿੱਚ ਚਲੇਗੀ। ਚਲੋ ਹੁਣ ਜਿਹੜੀ ਮੇਰੀ ਕਿਉਰਿਓਸਿਟੀ ਆ ਥੋੜ੍ਹਾ ਜਿਹਾ ਮੈਨੂੰ ਵੀ ਤੁਸੀਂ ਐਕਸਪਲੇਨ ਕਰੋ, ਮੈਂ ਵੀ ਚਲਾਉਣਾ ਚਾਹਾਂਗਾ। ਹਾਂਜੀ ਜ਼ਰੂਰ ਸੂਰੀ ਸਾਹਿਬ, ਅਸੀਂ ਤੁਹਾਨੂੰ ਸੇਫਟੀ ਦੇ ਵਿੱਚ ਰਹਿੰਦੇ ਹੋਏ ਮੈਂ ਤੁਹਾਨੂੰ ਇਹਦੀ ਬੇਸਿਕ ਮੈਂ ਲੋਡ ਤਾਂ ਨਹੀਂ ਕਰਾਂਗਾ, ਵੈਸੇ ਹੀ ਚਲਾਉਣ ਦੀ ਕੋਸ਼ਿਸ਼ ਕਰਾਂਗਾ। ਹਾਂਜੀ ਨਿਊਟਰਲ ਕਰ ਦਿਓ। ਤੁਸੀਂ ਦੇਖ ਲਿਆ ਜੀ ਕਿ ਨਵਾਂ ਡਰਾਈਵਰ JCB ਤੇ ਬੈਠ ਚੁੱਕਾ ਹੈ ਔਰ ਦੇਖਦੇ ਸੁਖਵਿੰਦਰ ਜੀ ਮੈਨੂੰ ਕਿਵੇਂ ਗਾਈਡ ਕਰਦੇ। ਜੀ ਸੁਖਵਿੰਦਰ ਦੇਖੋ ਜੀ, ਇੰਜਨ ਇਹਦਾ ਸਟਾਰਟ ਹੈ, ਗੱਡੀ ਇਸ ਵੇਲੇ ਨਿਊਟਰਲ ਦੇ ਵਿੱਚ ਹੈ ਜਿਵੇਂ ਅਸੀਂ ਕਾਰਾਂ ਨਿਊਟਰਲ ਦੇ ਵਿੱਚ ਹੁੰਦੀਆਂ, ਅਤੇ ਇੱਦਾਂ ਇਸਦੇ ਵੀ ਫਾਰਵਰਡ 4 ਗੇਅਰ ਹੈ ਅਤੇ ਰਿਵਰਸ ਹੈ। ਰਿਵਰਸ ਗੇਅਰ ਦੇ ਲਈ ਇਹਦੇ ਵਿੱਚ ਇੱਕ ਸਟਿੱਕ ਦਿੱਤੀ ਹੋਈ ਹੈ, ਉਸ ਤਰ੍ਹਾਂ ਗੇਅਰ ਨਹੀਂ ਹੈ ਜਿਵੇਂ ਅਸੀਂ ਕਾਰ ਦੇ ਵਿੱਚ, ਇਹਦੇ ਵਿੱਚ ਕੋਈ ਕਲੱਚ ਨਹੀਂ ਹੁੰਦਾ। ਅੱਛਾ ਹਾਂਜੀ ਇਹ ਆਟੋਮੈਟਿਕ ਡਰਾਈਵ ਹੈ, ਸੈਲਫ ਡਰਾਈਵ ਨੇ, ਸਿਰਫ ਇਹ ਬ੍ਰੇਕ ਹੈ ਜੀ। ਇਹ ਕਿਹੜਾ ਜੀ ਪੈਡਲ? ਇਹ ਸਟੀਅਰਿੰਗ ਦੀ ਐਡਜਸਟਮੈਂਟ ਲਈ ਵੀ, ਸਟੀਅਰਿੰਗ ਤੁਸੀਂ ਆਪਣੀ ਪੋਜੀਸ਼ਨ ਦੇ ਲਈ ਜਿੱਥੇ ਵੀ ਰੱਖਣਾ ਚਾਹੁੰਦੇ ਹੋ ਉਸ ਨੂੰ ਕਰਕੇ ਚੱਲ ਲਓ। ਇਹ ਬ੍ਰੇਕ ਹੈ ਜੀ? ਹਾਂਜੀ ਇਹ ਬ੍ਰੇਕ ਹੈ, ਦੋਨਾਂ ਟਾਇਰਾਂ ਦੀ ਬ੍ਰੇਕ ਹੈ, ਲੈਫਟ ਰਾਈਟ। ਅੱਛਾ ਹਾਂਜੀ ਅਗਰ ਤੁਸੀਂ ਸੈਂਟਰ 'ਤੇ ਰੱਖੋਗੇ ਤਾਂ ਦੋਨੇ ਟਾਇਰਾਂ ਦੀ ਬ੍ਰੇਕ ਲੱਗ ਜਾਏਗੀ। ਓਕੇ ਓਕੇ ਹਾਂਜੀ। ਸੋ ਤੁਸੀਂ ਇੱਧਰ ਦੇਖ ਸਕਦੇ ਹੋ ਸੁਖਵਿੰਦਰ ਜੀ ਨੇ 5-7 ਮਿੰਟ 'ਚ ਮੈਨੂੰ ਬੜਾ ਨਿਪੁੰਨ ਕਰ ਦਿੱਤਾ ਜੀ, ਮੈਂ ਤੁਹਾਨੂੰ ਗੱਡੀ ਆਪ ਚਲਾ ਕੇ ਦਿਖਾਉਣਾ ਜੀ। ਇਹਦਾ ਕਲੱਚ ਨਹੀਂ ਹੁੰਦਾ, ਆਹ ਤੁਸੀਂ ਗੇਅਰ ਅੱਗੇ ਕਰ ਦੇਣਾ ਜੀ, ਆਹ ਦੇਖੋ ਗੱਡੀ ਅੱਗੇ ਜਾਏਗੀ, ਫਿਰ ਤੁਸੀਂ ਬ੍ਰੇਕ ਕਰ ਦੇਣੀ ਹੈ ਜੀ, ਅਗਰ ਬੈਕ ਕਰਨੀ ਤਾਂ ਇੱਦਾਂ ਹੀ ਬੈਕ ਕਰ ਸਕਦੇ ਹੋ, ਬਹੁਤੀ ਕੋਈ ਔਖੀ ਗੱਲ ਨਹੀਂ ਹੈ। ਲੇਕਿਨ ਆਪਾਂ ਇੱਕ ਹੋਰ ਚੀਜ਼ ਦਿਖਾਉਂਦੇ ਤੁਹਾਨੂੰ,
मैं थोनू ये लोडर के ऑपरेशन दसदा जी। इस स्लीपर की सहायता के नाल लोडर के ऑपरेशन कर सकते हो। यह लोडर आर्म है जी, दोनों आर्मा ने। जो तुम इन पिछे नू करते हो तो सारी की सारी आर्म जी देखो लोडर चक हो रहा, ठीक है। हूँ असी सपोज कि इतने बाकेट में एम टी करना, तो इस लीवर की सहायता के नाल तुम्हें इनू देखो एम टी हो रहा जी, एम टी कर सकते हो। ओके देखो पूरे का पूरा, तो इस तरह उन्होंने भर भी सकते हो। तो इस लीवर की सहायता इस इन आर्मों इदा थले कर सकते हो। अगर थोड़ी दिक्कत लगे तो मैं नवा आ तो थोड़ी जी कमी पेशी आ सकती, लेकिन ये बड़े परफेक्शन के तरीके कर लेंगे ने। मैं भी लगता सुखविंदर जी ने ढुई का वीज़ा लवा लेना चाहिए, उसे जाके जे सी भी चलावे तो बड़े नोट पा। हाँ जी मैं थोड़ा दसना चाहता कि बहुत सारे साढ़े इदा के स्टूडेंट आ जोड़े साढ़े को सीख के बाहर बहुत वधिया अपना चला रहे हैं, कमाई कर रहे हैं। ठीक है दोस्तों, तुसी जे सी बी की राइड देख ली, बड़ा आनंदित हो गया है मन मेरा, तो बाहर आने जी नहीं सी करता, पर सुखविंदर जी का थैंक्स भी करना बहुत जरूरी है। सुखविंदर जी रिट्स की भी राइड ले ली है, जे सी बी की भी राइड ले ली है, बड़ा आनंदित रहा अज का पूरा दिन और मेरे याद भी रहेगा। लेकिन जेडे हले भी जिन्होंने हले क्लीयर नहीं होया जे सी बी की ट्रेनिंग लेना चाहते हैं, मैं चाहता उन्होंने एक बार जरूर तुम अपील कर। हाँ जी, सब तो पहले तो मैं थोड़ा पी वी बत्ती नवांशहर का साढ़े इतने स्कूल च आने का ते अपने दर्शकों को पूरी जानकारी देने का मैं बहुत धन्यवादी हाँ। तो मैं थोड़े माध्यम जरिए ये दसना चाहना कि जेडे अपने स्टूडेंट हैगे कार सीखना चाहते हैं तो वो साढ़े को संपर्क कर सकते हैं। अध्याय ने तो सीख भी लेनी है वीडियो देख के। हाँ जी जरूर जी, तो इस दे नाल मैं ये भी बहुत जरूरी थानू दसना चाहना कि जेडे बेरोजगार अपने स्टूडेंट है ज पिंडां दे विच बहुत सारे बेरोजगार लड़के है वो जे सी बी की ट्रेनिंग लैके किता मुखी प्रोग्राम दे विच ते अपना रोजगार जिहड़ा वो कर सकते हैं। विदेशां दे विच भी तुहानूं पता कि इहदी बहुत भारी मंग है। तो जी तुसी मैं एक तुहाड़ी भी शलाघा जरूर करनी चाहांगा क्योंकि तुसी बहुत ही जो सुजज्जे ढंग नाल जिहड़ी ट्रेनिंग देंदे और काफ़ी चीज़ा जिहड़ियां मैनू भी क्लीयर नहीं सीगियां वो तुहानूं देख के तुसी अपने स्टूडेंट नूं समझा रहे सी, मैनू भी चीज़ा क्लीयर होईयां, इसलिए तुहाड़ी भी जिहड़ी प्रशंसा बनदी है। पर एक सवाल, कार हो गई हाँ जी, जे सी बी हो गई, हुण इस तो उपर भी कुछ बाकी है जी? मैं थानू दसना चाहता कि बहुत ही जल्द असी कार जे सी बी इस तो अलावा एक बहुत ही डिमांडिंग जिहड़ा वो हैगा कोर्स ट्राला ट्रेनिंग का असी बहुत जल्दी वो लैके आ रहे हैं क्योंकि इस इलाके दे विच किते भी कोई ट्राला ऑपरेटर की कोई भी बहुत दूर जाना पैंदा है तो वो असी इत्थे जल्दी शुरू करन जा रहे हैं। तो उहदे लई ट्रैक भी रेडी है? हाँ जी बिल्कुल ट्रैक रेडी है जी, साडा अपना यार्ड है तो क्लासरूम तुसी देख ही लिया ते बहुत जल्द कितने दूर जाने की थानू लोड़ नहीं, इत्थे थानू पूरी सुविधा मिलेगी, होस्टल की भी सुविधा होएगी, बाहर बाहरों जो स्टूडेंट होर जिले तो आते हैं उन्होंने होस्टल की। मैं वैसे भी देख लिया कि बड़ा फैमिली वाला माहौल है, साढ़े को जोड़े ट्रेनर है वो बड़े वैल ट्रेन 15-15-20 साल का उन्होंने तजर्बा है, विदेश का भी तजर्बा है तो वो इतने थानू सिखाएंगे। चलो बहुत चंगा लगे इतने आके, बहुत शुक्रिया इन्ना समा देने, धन्यवाद जी। सो ठीक है दोस्तों, मैं लगता तुम्हें सारी इन्फॉर्मेशन पहुँच चुकी होगी, जिनी नॉलेज मिली है बड़ी वैलिड है, बड़ी वाजिब है। कार चलाने वेले सिर्फ थ्रैटिकल नॉलेज जरूरी नहीं है, प्रैक्टिकल नॉलेज बहुत जरूरी है, साइन बोर्ड्स का पता होना भी बहुत जरूरी है। मैं उम्मीद है कि नवांशहर में जोड़े लोग हले भी सोच रहे हैं कि गड्डी सीखनी है यार, पर सीखिए कितों क्योंकि कोई चंगे तरीके नहीं सिखाता, तो पंजाब ड्राइविंग स्कूल बेस्ट प्लेस है, तुम्हें जरूर आना चाहिए। और एक इन्होंने जादू वाली गल भी क्लीयर कर दी, जे गोरे कलिंडर साइड पर बह के गड्डी चलाते हैं सूँ पता लग गया कि चलाते हम सू बेवकूफ नहीं बना सकते क्योंकि पैडल जोड़े आ कलिंडर साइड पर होंगे। तुम बने रहो पीवत्ती नवांशहर के नाल, मैंने पता है तुमने वीडियो बहुत चंकी लगी, तुम्हें शेयर भी कर देनी है। हूँ वेला इजाजत अपने छोटे भी दिनेश सूरी कैमरा परसन विजय कुमार ड्राइविंग स्कूल तो इजाजत दो, बहुत जल्दी फिर हाजिर होने, सत श्रीकाल।